ਕਾਮਯਾਬ ਹੁੰਦੀ ਹੁੰਦੀ ਰਹਿ ਗਈ ਲੇਕਿਨ ਉਹਦੇ ਬਾਅਦ ਹੁਣ ਫਿਰ ਕਿਉਂਕਿ ਪੰਜਾਬ ਦੀ ਨਬਜ਼ ਨੂੰ ਟਟੋਲਦੇ ਹੋਏ ਪਛਾਣਦੇ ਹੋਏ ਸਿਮਰਜੀਤ ਸਿੰਘ ਬੈਂਸ ਉਹਨਾਂ ਨੂੰ ਲੱਗਦਾ ਕਿ ਪੰਜਾਬ ਤੀਸਰੇ ਬਦਲ ਦੀ ਉਡੀਕ ਵਿੱਚ ਹੈ ਔਰ ਇੱਕ ਹੀ ਉਹਨਾਂ ਦੀ ਉਮੀਦ ਤੇ ਖਰਾ ਉਤਰਨਗੇ ਅਸੀਂ ਇਹਨਾਂ ਦੇ ਨਾਲ ਹੀ ਗੱਲ ਕਰਦੇ ਸਰਦਾਰ ਸਿਮਰਜੀਤ ਸਿੰਘ ਜੀ ਬੈਂਸ ਸਾਹਿਬ ਜੀ ਦਾ ਅਕਾਲ ਚੈਨਲ ਤੇ ਸਵਾਗਤ ਹੈ ਜੀ ਗੁਰਫਤਿਹ ਦੀ ਸਾਂਝ ਪਾਉਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਜੀ ਕਾਰਾ ਜਾਵੇ ਸੋ ਲਿਆਰੋ ਜਾਵੇ ਅਕਾਲ ਪੁਰਖ ਨੂੰ ਪਾਵ ਸਤਿ ਸ੍ਰੀ ਅਕਾਲ ਸਰਦਾਰ ਸਿਮਰਨਜੀਤ ਸਿੰਘ ਜੀ ਸਰਦਾਰ ਸਿਮਰਨ ਸਿੰਘ ਜੀ ਬੈਂਸ ਸਾਡੇ ਨਾਲ ਬੈਂਸ ਸਾਹਿਬ ਲੋਕ ਇਨਸਾਫ ਪਾਰਟੀ ਦੇ ਨਾਲ ਆਪ ਜੀ ਨੇ ਪੰਜਾਬ 'ਚ ਆਗਾਜ਼ ਕੀਤਾ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਸ਼ਾਇਦ ਇੰਨੀ ਪਾਪੂਲੈਰਿਟੀ ਕਿਸੇ ਹੋਰ ਲੀਡਰ ਦੇ ਨਸੀਬ 'ਚ ਨਹੀਂ ਹੋਈ ਜਿੰਨੀ ਪਾਪੂਲੈਰਿਟੀ ਜਿਹੜੀ ਹੈ ਆਪ ਜੀ ਨੂੰ ਮਿਲੀ ਹੈ ਇਹਦਾ ਕੀ ਕਾਰਨ ਹੈ ਇਹਨੇ ਕੀ ਕਿਰਪਾ ਸੇ ਸਜੇ ਹਮ ਮੈਂ ਮੋਹ ਸੇ ਗਰੀਬ ਕਰੋੜ ਪਰੇ ਇਹ ਸੰਗਤ ਦਾ ਪਿਆਰ ਦੁਆਵਾਂ ਮੇਰੇ ਵਰਗੇ ਇਨਸਾਨ ਦੀ ਕੀ ਔਕਾਤ ਹੈ ਕਿ ਸਮੇਂ ਦੇ ਪਾਵਰਫੁੱਲ ਲੋਕਾਂ ਦਾ ਟਾਕਰਾ ਕਰ ਜੇ ਮੇਰੀ ਔਕਾਤ ਨਹੀਂ ਇਹ ਲੋਕਾਂ ਦੀਆਂ ਸੰਗਤ ਦੀਆਂ ਬਲੈਸਿੰਗ ਦੁਆਵਾਂ ਅਤੇ ਪਿਆਰ ਔਰ ਹੱਲਾਸ਼ੇਰੀ ਇੱਕ ਬਹੁਤ ਵੱਡੀ ਸ਼ਕਤੀ ਅਤੇ ਮੋਟੀਵੇਸ਼ਨ ਆ ਜਿਹੜਾ ਡੋਲਣ ਨਹੀਂ ਦਿੰਦਾ ਸਾਹਮਣੇ ਚਾਹੇ ਕਿਸੇ ਕੁਰਸੀ 'ਤੇ ਕੋਈ ਬੇਈਮਾਨ ਬਿਰਾਜਮਾਨ ਹੋਵੇ ਅਤੇ ਉੱਥੇ ਸੱਚ ਦਾ ਪਹਿਰਾ ਲਾ ਕੇ ਆਉਣਾ ਇਹਨਾਂ ਸਤਿਕਾਰਯੋਗ ਪੰਜਾਬੀਆਂ ਦੇ ਦੁਆਵਾਂ ਦੀ ਬਦੌਲਤ ਜੀ ਬੈਂਸ ਸਾਹਿਬ ਜੋ ਲੋਕ ਇਨਸਾਫ ਪਾਰਟੀ ਹੈ ਉਹ ਤੀਜਾ ਫਰੰਟ ਬਣਾਉਣ ਦੀ ਤਿਆਰੀ 'ਚ ਹੈ ਅਗਰ ਕਹਿ ਦਈਏ ਤਾਂ ਤੀਜਾ ਫਰੰਟ ਬਣ ਰਿਹਾ ਤੀਸਰੇ ਫਰੰਟ ਦੇ ਵਿੱਚ ਕੌਣ ਕੌਣ ਹੋਏਗਾ ਔਰ ਇਸ ਤੀਸਰੇ ਫਰੰਟ ਦਾ ਨਾਂ ਕੀ ਹੋਏਗਾ ਤੀਸਰੇ ਫਰੰਟ ਦੇ ਵਿੱਚ ਕੌਣ ਕੌਣ ਹੋਏਗਾ ਉਹ ਸੱਜਣ ਜਿਹੜੇ ਪੰਜਾਬ ਦੇ ਹਿਤੈਸ਼ੀ ਹੈ ਅਸੀਂ ਹਰ ਉਸ ਸੱਜਣ ਦੇ ਕੋਲ ਜਾਵਾਂਗੇ ਜਿਹੜਾ ਪੰਜਾਬ ਦਾ ਹਿਤੈਸ਼ੀ ਹੈ ਹਰ ਉਸ ਦਰਵਾਜ਼ੇ 'ਤੇ ਜਾਵਾਂਗੇ ਜਿਹਦੇ ਮਨ ਦੇ ਦਿਲ ਦੇ ਅੰਦਰ ਪੰਜਾਬ ਪ੍ਰਤੀ ਦਰਦ ਅਤੇ ਪਿਆਰ ਹੈ ਜਿਹਦੇ ਦਿਲ ਦੇ ਅੰਦਰ ਇੱਕ ਐਸੀ ਭਾਵਨਾ ਕਿ ਅਸੀਂ ਇਸ ਮਾਫੀਏ ਨੂੰ ਪੰਜਾਬ ਤੋਂ ਪਰੇ ਕਰਨਾ ਪੰਜਾਬ ਨੂੰ ਮਾਫੀਆ ਮੁਕਤ ਬਣਾਉਣਾ ਉਹਦੇ ਵਿੱਚ ਹਰ ਉਹ ਸੱਜਣ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਤੁਸੀਂ ਦੂਜਾ ਸਵਾਲ ਕਰਨਾ ਬਾਗੀ ਕਾਲੀਆਂ ਦਾ ਮੈਨੂੰ ਪਤਾ ਮੈਂ ਤੁਹਾਨੂੰ ਉਸ ਸਵਾਲ ਦਾ ਜਵਾਬ ਵੀ ਦੇ ਦਿੰਦਾ ਹਰ ਉਹ ਸੱਜਣ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆ ਗਿਆ ਭੁੱਲਿਆ ਨਹੀਂ ਗਿਣਦੇ ਜੱਬੇ ਬਾਣ ਲੱਗ ਗਏ ਤਬੇ ਰੋਸ ਜਾਗਿਓ ਹਰ ਉਹ ਸੱਜਣ ਨੂੰ ਨਾਲ ਲੈ ਕੇ ਤੁਰਾਂ ਜੀ ਬੈਂਸ ਸਾਹਿਬ ਇਹਦੇ ਵਿੱਚ ਸਾਡੇ ਜਿਹੜੇ ਗੱਲ ਕਰੀਏ ਤਾਂ ਸੁਖਪਾਲ ਸਿੰਘ ਖਹਿਰਾ ਜੀ ਜੋ ਆਮ ਆਦਮੀ ਪਾਰਟੀ ਤੋਂ ਨੇ ਡਾਕਟਰ ਧਰਮਵੀਰ ਗਾਂਧੀ ਜੀ ਇਸ ਵੇਲੇ ਤੁਹਾਡਾ ਇੱਕ ਸੰਗਠਿਤ ਗਰੁੱਪ ਹੈ ਜਿਹੜਾ ਉਹ ਬਣ ਰਿਹਾ ਬਹੁਤ ਹੀ ਮਜ਼ਬੂਤ ਇੱਕ ਗਰੁੱਪ ਬਣ ਰਿਹਾ ਪਰ ਇਹ 'ਚ ਲੀਡਰਸ਼ਿਪ ਕਿਹਦੇ ਕੋਲ ਹੋਏਗੀ ਕਮਾਂਡ ਕੌਣ ਦੇਖੇਗਾ ਲੀਡਰਸ਼ਿਪ ਰੌਲਾ ਉੱਥੇ ਪੈਂਦਾ ਕੁਰਸੀ ਦਾ ਜਿੱਥੇ ਕੁਰਸੀ ਧੰਦਾ ਬਣ ਜੇ ਜਿੱਥੇ ਕੁਰਸੀ ਦੁਕਾਨਦਾਰੀ ਬਣ ਜੇ ਫੈਕਟਰੀ ਅਤੇ ਮਿੱਲ ਬਣ ਜੇ ਜਿੱਥੇ ਕੁਰਸੀ ਦੇਸ਼ ਭਗਤੀ ਹੋਵੇ ਨਾ ਜਿੱਥੇ ਕੁਰਸੀ ਬੇਈਮਾਨਾਂ ਦੇ ਲੜਨ ਦਾ ਇੱਕ ਚੈਲੇਂਜ ਅਤੇ ਸੰਘਰਸ਼ ਦਾ ਨਾਮ ਰਾਜਨੀਤੀ ਹੋਵੇ ਉੱਥੇ ਕੁਰਸੀ ਦੇ ਪਿੱਛੇ ਲੜਾਈ ਨਹੀਂ ਲੀਡਰ ਖਹਿਰਾ ਬਣ ਜੇ ਬੈਂਸ ਬਣ ਜੇ ਗਾਂਧੀ ਸਾਹਿਬ ਬਣ ਜਾਣ ਲੀਡਰ ਕੋਈ ਬਣ ਜੇ ਕੋਈ ਰੌਲਾ ਹੀ ਨਹੀਂ ਹੈਗਾ ਸਾਡਾ ਰੌਲਾ ਉਹਨਾਂ ਨੂੰ ਆ ਜਿਹੜੇ ਰਾਜਨੀਤੀ ਦਾ ਧੰਦਾ ਕਰਦੇ ਰਣਜੀਤ ਸਿੰਘ ਬ੍ਰਹਮਪੁਰਾ ਜੀ ਸੇਵਾ ਸਿੰਘ ਸਿੱਖਾਂ ਜੀ ਦੀ ਗੱਲ ਕਰੀਏ ਰਤਨ ਸਿੰਘ ਅਜਨਾਲਾ ਉਹ ਤੁਹਾਡੇ ਕੋਲ ਆਉਣਗੇ ਕਿ ਤੁਸੀਂ ਉਹਨਾਂ ਕੋਲ ਚੱਲ ਕੇ ਜਾਓ ਮੇਰੇ ਵੱਡੇ ਨੇ ਸਤਿਕਾਰਯੋਗ ਨੇ ਯਾਰ ਬਜ਼ੁਰਗ ਹੈਗੇ ਆ ਉਹ ਉਹਨਾਂ ਕੋਲ ਬਹੁਤ ਵੱਡਾ ਤਜਰਬਾ ਮੈਂ ਤਾਂ ਪਹਿਲਾਂ ਕਹਿ ਕੇ ਹਟਿਆ ਕਿ ਬੈਂਸ ਹਰ ਉਸ ਦਰਵਾਜ਼ੇ 'ਤੇ ਜਾਊਗਾ ਜਿਹੜਾ ਪੰਜਾਬ ਲਈ ਦਿਲ ਦੇ ਵਿੱਚ ਦਰਦ ਰੱਖਦਾ ਹੋਊਗਾ ਜੀ 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 8 ਦਸੰਬਰ ਨੂੰ ਸ਼ਕਤੀ ਪ੍ਰਦਰਸ਼ਨ ਸਮਝੀਏ ਤੁਹਾਡਾ ਨਹੀਂ ਇਹ ਇਨਸਾਫ ਮਾਰਚ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਬਰਗਾੜੀ ਦੇ ਵਿੱਚ ਨਹੱਤੀ ਸੰਗਤ ਦੇ ਉੱਤੇ ਜਨਰਲ ਡਾਇਰ ਬਣ ਕੇ ਗੋਲੀਆਂ ਚਲਾਉਣ ਵਾਲੇ ਲੋਕਾਂ ਨੂੰ ਸਜ਼ਾਵਾਂ ਵਾਸਤੇ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਰੋਕਣ ਵਾਸਤੇ ਪੰਜਾਬ ਦਾ ਯੂਥ ਬੇਰੁਜ਼ਗਾਰ ਤੁਰਿਆ ਫਿਰਦਾ ਉਹੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਹਰ ਘਰ ਦੇ ਵਿੱਚ ਨੌਕਰੀਆਂ ਵੰਡਦੇ ਸੀ ਇਹ ਵਾਅਦੇ ਯਾਦ ਕਰਾਉਣ ਵਾਸਤੇ ਦਲਿਤ ਦਾ ਹਾਲ ਕੀ ਅੱਜ ਪਿੰਡਾਂ ਦੇ ਅੰਦਰ ਦਲਿਤ ਬੇਜ਼ਮੀਨੇ ਵਿਚਾਰੇ ਲੋਕ ਮਿਹਨਤਕਸ਼ ਲੋਕ ਅੱਜ ਖੁਦਕੁਸ਼ੀਆਂ ਦੇ ਰਸਤੇ 'ਤੇ ਪਏ ਆ ਇਹਨਾਂ ਗੱਲਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਨਸਾਫ ਮਾਰਚ 8 ਤਰੀਕ ਤੋਂ ਤਲਵੰਡੀ ਸਾਬੋ ਤੋਂ 10 ਵਜੇ ਸਟਾਰਟ ਹੋ ਕੇ 16 ਤਰੀਕ ਮਹਿਲਾਂ ਵਾਲੇ ਸ਼ਹਿਰ ਪਟਿਆਲੇ ਦੇ ਵਿੱਚ ਸਮਾਪਤੀ ਕਰਾਂਗੇ ਬਹੁਤ ਵੱਡਾ ਇਕੱਠ ਹੋਏਗਾ ਲਾਮਸਾਲ ਜੀ ਜੀ ਬਿਲਕੁਲ ਬਹੁਤ ਵੱਡਾ ਇਕੱਠ ਹੋਏਗਾ ਉਹ ਨਿਰਣਾਇਕ ਕੋਈ ਫੈਸਲਾ ਵੀ ਹੋਏਗਾ ਉੱਥੇ ਕਿ ਜਾਂ ਇਕੱਠ ਵਿਖਾਉਣਾ ਸਰਕਾਰ ਨੂੰ ਚਿਤਾਉਣਾ ਔਰ ਆਪਣੇ ਸ਼ਕਤੀ ਪ੍ਰਦਰਸ਼ਨ ਦੇ ਨਾਲ ਜੋ ਤੀਸਰਾ ਬਦਲ ਹੈ ਉਹਨੂੰ ਦਾਅਵੇ ਪੱਕੇ ਕਰਨੇ ਨੇ ਇਹਨੂੰ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਜੋ ਮਰਜ਼ੀ ਕਹਿ ਸਕਦੇ ਹੋ ਆਵਾਜ਼ੇ ਖਲਕ ਨਗਾੜਾ ਇੱਕ ਖੁਦਾ ਜਿੱਥੇ ਖਲਕ ਇਕੱਠਾ ਹੋ ਜਾਂਦਾ ਨਾ
ਤੇ ਫਿਰ ਉਹ ਗੁਰੂ ਦੀ ਆਵਾਜ਼ ਬਣ ਜਾਂਦਾ ਜੀ ਤੇ ਜਿੱਥੇ ਤੁਸੀਂ ਭਗਵਾਨ ਦੀ ਆਵਾਜ਼ ਬਣ ਜੀ ਜਿੱਥੇ ਬੈਂਸ ਸਾਹਿਬ ਬਾਕੀ ਲੀਡਰਾਂ ਦੀ ਗੱਲ ਕੀਤੀ ਤਾਂ ਬਰਗਾੜੀ ਦੀ ਗੱਲ ਕਰਾਂ ਤਾਂ ਬਰਗਾੜੀ ਮੋਰਚੇ ਤੋਂ ਸ਼ੁਰੂਆਤ ਹੋ ਸਕਦੀ ਜਾਨੀ ਕਿ ਬਰਗਾੜੀ ਮੋਰਚੇ 'ਚ ਬੈਠੇ ਜਿਹੜੇ ਸਿੰਘ ਸਾਹਿਬਾਨ ਨੇ ਕਿ ਉਹਨਾਂ ਦੀ ਵੀ ਰਹਿਨਮਾਈ ਤੁਹਾਨੂੰ ਮਿਲੇਗੀ ਕਿ ਉਹਨਾਂ ਦੀ ਸਪੋਰਟ ਲਓਗੇ ਕਿ ਜਾਂ ਉਹਨਾਂ ਨੂੰ ਸਿਰਫ ਰਾਜਨੀਤਿਕ ਫਾਇਦੇ ਵਾਸਤੇ ਵਰਤ ਰਹੇ ਨਹੀਂ ਅਸੀਂ ਕਦੇ ਉਹਨਾਂ ਨੂੰ ਨਾ ਅਸੀਂ ਆਪਣੇ ਰਾਜਨੀਤਿਕ ਫਾਇਦੇ ਵਾਸਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਲਈ ਰਾਜਨੀਤੀ ਕਰੇਗਾ ਨਾ ਉਹ ਦੋਜਕ ਦਾ ਭਾਗੀਦਾਰ ਹੋਏਗਾ ਉਹ ਸਤਿਕਾਰਯੋਗ ਸੱਜਣ ਜਿਨ੍ਹਾਂ ਦਾ ਬਹੁਤ ਵੱਡਾ ਇੱਕ ਸੈਕਰੀਫਾਈਸ ਆ ਮੇਰਾ ਖਿਆਲ ਪੌਣੇ 200 ਦਿਨ ਹੋ ਗਏ ਉਹਨਾਂ ਨੂੰ 180 ਦੇ ਕਰੀਬ ਦਿਨ ਹੋ ਗਏ ਅਤੇ ਉਹਨਾਂ ਦਾ ਧਾਰਮਿਕ ਰਸਤਾ ਜਿਹੜੇ ਰਸਤੇ 'ਤੇ ਉਹ ਤੁਰੇ ਆ ਅਸੀਂ ਉਸ ਇਨਸਾਫ ਮੋਰਚਾ ਲੱਗਿਆ ਅਤੇ ਇਹ ਇਨਸਾਫ ਮਾਰਚ ਹੈ ਉਸ ਮੋਰਚੇ ਨੂੰ ਸ਼ਕਤੀ ਦੇਣ ਵਾਸਤੇ ਆ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਵਾਸਤੇ ਸਜ਼ਾਵਾਂ ਦਵਾਉਣ ਵਾਸਤੇ ਇਹ ਜੋ ਸਮਾਂ ਕੋਈ ਤੈਅ ਹੋਏਗਾ ਸੀਮਾ ਤੈਅ ਹੋਏਗੀ ਕੋਈ ਦਿਸ਼ਾ ਔਰ ਦਸ਼ਾ ਤੈਅ ਹੋਏਗੀ ਉਸ ਦਿਨ ਕਿ ਜਾਂ ਫਿਰ ਉਸੇ ਤਰੀਕੇ ਦੇ ਨਾਲ ਫਿਰ ਅਗਲਾ ਜਿਹੜਾ ਐਲਾਨ ਕਰ ਦਿੱਤਾ ਜਾਏਗਾ ਕਿ ਹੁਣ ਅਗਲੀ ਰੈਲੀ ਜਿਹੜੀ ਇੰਨੀ ਤੈਅ ਹੋਏਗੀ ਦਸ਼ਾ ਵੀ ਤੈਅ ਹੋਏਗੀ ਫਿਕਰ ਨਾ ਕਰੋ ਤੁਸੀਂ 16 ਤਰੀਕ ਆ ਲੈਣ ਦੇ ਜੀ ਭੈਣ ਸਾਹਿਬ ਬਿਲਕੁਲ ਦੋ ਸਵਾਲ ਸਿਰਫ ਹੋਰ ਨੇ ਤੁਸੀਂ ਉਹਨਾਂ ਦਾ ਜਵਾਬ ਦੇ ਕੇ ਫਿਰ ਅਸੀਂ ਵੀ ਤੁਹਾਨੂੰ ਇਜਾਜ਼ਤ ਦੇ ਦਿੰਦੇ ਹਾਂ ਭੈਣ ਸਾਹਿਬ ਗੱਲ ਕਰੀਏ ਆਪਾਂ ਜੋ ਇਸ ਵੇਲੇ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਦੀ ਉਹ ਪਾਕਿਸਤਾਨ ਜਾਂਦੇ ਨੇ ਪਾਕਿਸਤਾਨ ਇੱਕ ਜੱਫੀ ਪਾ ਕੇ ਆਉਂਦੇ ਨੇ ਅਤੇ 3 ਮਹੀਨੇ ਬਾਅਦ ਉਸ ਜੱਫੀ ਦਾ ਰਿਜ਼ਲਟ ਆ ਜਾਂਦਾ ਪਾਕਿਸਤਾਨ ਤੋਂ ਸਾਨੂੰ ਕਰਤਾਰਪੁਰ ਸਾਹਿਬ ਦਾ ਰਸਤਾ ਮਿਲ ਜਾਂਦਾ ਜਿੱਥੇ ਪੂਰਾ ਆਵਾਮ ਚਾਹੇ ਪਾਕਿਸਤਾਨ ਦਾ ਚਾਹੇ ਹਿੰਦੁਸਤਾਨ ਦਾ ਸਿੱਧੂ ਨੂੰ ਪਲਕਾਂ 'ਤੇ ਬਿਠਾ ਰਿਹਾ ਉੱਥੇ ਹੀ ਅਕਾਲੀ ਦਲ ਵਾਲੇ BJP ਵਾਲੇ ਔਰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ 'ਤੇ ਬੜੇ ਤਿੱਖੇ ਨਿਸ਼ਾਨੇ ਲਾ ਰਹੇ ਨੇ ਕਿਉਂ ਉਹ ਇਸ ਕਰਕੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸੀ ਅਤੇ ਉਹ ਪਾਕਿਸਤਾਨ ਗਏ ਸੀ ਉਹ ਆਪਣੀ ਪਾਕਿਸਤਾਨ ਫੇਰੀ ਦੌਰਾਨ ਉੱਥੋਂ ਦੁੰਬੇ ਲਏ ਭੇਡੂ ਫਿਰ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਉਹ ਗਏ ਪਾਕਿਸਤਾਨ ਦੇ ਵਿੱਚ ਅਤੇ ਉਹ ਇੱਕ ਪਾਕਿਸਤਾਨ ਦੀ ਔਰਤ ਰੂਸ ਆਲਮ ਲਏ ਅਤੇ ਜੇ ਸਿੱਧੂ ਗਿਆ ਤਾਂ ਸਿੱਧੂ ਬਾਬੇ ਨਾਨਕ ਦੇ ਪਵਿੱਤਰ ਘਰ ਦਾ ਰਸਤਾ ਮੰਗਣ ਵਾਸਤੇ ਮੈਂ ਧੰਨਵਾਦ ਕਰਦਾ ਸੁਰਗਵਾਸੀ ਸਰਦਾਰ ਕੁਲਦੀਪ ਸਿੰਘ ਬਡਾਲਾ ਹੁਣਾਂ ਦਾ ਜਿਹੜੇ 208 ਵਾਰ ਹਰ ਮੱਸਿਆ ਦੇ ਉੱਤੇ 208 ਵਾਰ ਸੰਗਤ ਨੂੰ ਨਾਲ ਲੈ ਕੇ ਅਰਦਾਸ ਬੇਨਤੀਆਂ ਕਰਦੇ ਰਹੇ ਮੈਂ ਗੁਰੂ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ ਕਿਸੇ ਜ਼ਰੀਏ ਹੋ ਗਿਆ ਬਹੁਤ ਧੰਨਵਾਦ ਪਰ ਉਹ ਲੋਕ ਕੁੱਕੜ ਖੇਡ ਆਈ ਅਤੇ ਆਪਣੇ ਸਿਰ 'ਚ ਪਾਈ ਆ ਸਟੇਜ ਲੱਗੀ ਸੀ ਨਾ ਅੰਮ੍ਰਿਤਸਰ ਦੇ ਵਿੱਚ ਉਦਘਾਟਨੀ ਸਮਾਰੋਹ ਵੇਲੇ ਕਾਂਗਰਸ ਅਤੇ ਅਕਾਲੀਆਂ ਨੇ ਕੈਸਾ ਜਲੂਸ ਕੱਢਿਆ ਉੱਥੇ ਕ੍ਰੈਡਿਟ ਬਾਰ ਸ਼ਰਮ ਆਉਣੀ ਚਾਹੀਦੀ ਹੈ ਇੱਕ ਐਡੇ ਮਹਾਨ ਪਵਿੱਤਰ ਕਾਜ ਵਾਸਤੇ ਵੀ ਤੁਸੀਂ ਰਾਜਨੀਤੀ ਕਰਦੇ ਹੋ ਐਡੂ ਵੱਡੀ ਕੋਈ ਗਿਰਾਵਟ ਹੋ ਸਕਦੀ ਹੈ ਤੁਹਾਡੇ ਅੰਦਰ ਹੋਰ ਮੁੱਦੇ ਹੈ ਨਹੀਂ ਰਾਜਨੀਤੀ ਕਰਨ ਵਾਸਤੇ ਤੁਸੀਂ ਇਸ ਮੁੱਦੇ ਨੂੰ ਤਾਂ ਕਮ ਸੇ ਕਮ ਸਪੇਅਰ ਕਰ ਦਿਓ ਸੋ ਜਿ ਸਿੱਧੂ ਦੇ ਉੱਪਰ ਜੋ ਇਲਜ਼ਾਮ ਲੱਗ ਰਹੇ ਸੀ ਗੱਦਾਰੀ ਦੇ ਦੇਸ਼ ਧਰੋਹੀ ਦੇ ਜੋ ਇਲਜ਼ਾਮ ਲਗਾਉਣ ਵਾਲੇ ਸੀ ਅਤੇ ਅੱਜ ਉਹੀ ਉਸੇ ਪਾਕਿਸਤਾਨ 'ਚ ਜਾ ਕੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਕੀ ਕਹਿਣਾ ਚਾਹੋ ਸੋ ਡਬਲ ਸਟੈਂਡਰਡ ਹੈਗਾ ਚਾਹੇ ਉਹ ਬਾਦਲ ਆ ਚਾਹੇ ਉਹ ਕੈਪਟਨ ਆ ਇਹ ਦੋਮੂਹੀਏ ਹੈਗੇ ਦੋਮੂਹੀਏ ਲੋਕ ਨੇ ਇਹ ਆਪਣੀ ਸਹੂਲਤ ਅਨੁਸਾਰ ਆਪਣੇ ਹਿੱਤ ਅਨੁਸਾਰ ਕੋਈ ਵੀ ਗੱਲ ਕਿਤੇ ਵੀ ਕਹਿ ਸਕਦੇ ਅੱਜ ਉਹੀ ਬਾਦਲ ਮੁੱਦਾਹੀਣ ਹੋ ਗਏ ਲਾਸ਼ਾਂ ਦੇ ਢੇਰਾਂ 'ਤੇ ਖੜ੍ਹ ਕੇ ਰਾਜਨੀਤੀ ਕਰਦੇ ਆ ਚਾਹੇ ਉਹ ਰੇਲ ਕਾਂਡ ਹੋਵੇ ਦੁਰਘਟਨਾ ਹੋਈ ਦੁਸਹਿਰੇ ਵਾਲੇ ਦਿਨ ਅਤੇ ਚਾਹੇ ਉਹ ਅੰਮ੍ਰਿਤਸਰ ਬੰਬ ਕਾਂਡ ਹੋਵੇ ਜਿਹੜਾ ਸਰਕਾਰ ਦੀਆਂ ਏਜੰਸੀਆਂ ਨੇ ਸਰਕਾਰ ਦੇ ਇਸ਼ਾਰਿਆਂ 'ਤੇ ਕੀਤਾ ਕਿਸੇ ਖੜਕੂ ਜਥੇਬੰਦੀ ਦਾ ਨਹੀਂ ਕੌਣ ਕਰਕੇ ਗਿਆ ਫੁਟੇ ਸਾਹਮਣੇ ਆ ਗਈ ਅਤੇ ਫੜ ਕੌਣ ਲਿਆ ਸਾਰੀ ਗੱਲ ਆ ਗਈ ਨਾ ਸਾਹਮਣੇ ਪੰਜਾਬ ਦੇ ਅੰਦਰ ਸ਼ਹਿਰੀ ਵਪਾਰੀ ਅਤੇ ਹਿੰਦੂ ਨੂੰ ਡਰਾਉਣ ਵਾਸਤੇ ਇਹ ਗਿਰਗਿਟ ਵਾਂਗੂ ਰੰਗ ਬਦਲੀ ਕਰ ਸਰ ਜੋ ਇਸ ਵੇਲੇ ਨਵਜੋਤ ਸਿੰਘ ਸਿੱਧੂ ਹੈ ਤੁਹਾਨੂੰ ਉਹਦੇ ਨਾਲ ਕਿੱਦਾਂ ਦੀ ਹਮਦਰਦੀ ਹੈ ਕੀ ਤੁਸੀਂ ਖੁੱਲ੍ਹ ਕੇ ਉਹਦੇ ਸਪੋਰਟ ਕਰਦੇ ਹੋ ਹਮਦਰਦੀ ਉਹ ਕਿਹੜਾ ਬਿਮਾਰ ਆ ਮੇਰੀ ਹਮਦਰਦੀ ਆ ਸਪੋਰਟ ਕਰਦੇ ਜੋ ਉਹਦੇ ਨਾਲ ਹਾਲਾਤ ਮੈਂ ਸਿੱਧੂ ਦੀ ਸਪੋਰਟ ਨਹੀਂ ਕਰਦਾ ਮੈਂ ਇਮਾਨਦਾਰੀ ਦੀ ਸਪੋਰਟ ਕਰਦਾ ਮੈਂ ਦੇਸ਼ ਭਗਤੀ ਦੀ ਸਪੋਰਟ ਕਰਦਾ ਮੈਂ ਸੰਗਤ ਦੇ ਸੇਵਾ ਦੇ ਕਾਜ ਦੀ ਸਪੋਰਟ ਕਰਦਾ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਸੋ ਭਾਈ ਸਾਹਿਬ ਜੋ ਆਮ ਆਦਮੀ ਪਾਰਟੀ ਹੈ ਉਹ ਆਰੋਪ ਜੋ ਤੁਹਾਡੇ ਉੱਪਰ ਇੱਕ ਬੜਾ ਜ਼ਬਰਦਸਤ ਲਗਾ ਰਹੀ ਹੈ ਕਿ ਇਹਨਾਂ ਨੇ ਸਾਡੀ ਪਾਰਟੀ ਨੂੰ ਸਨ ਲਾ ਰਹੀ ਹੈ ਸਾਨੂੰ ਸਾਡੀ ਉੱਥੇ ਆਪ ਤੋਂ ਨਹੀਂ ਜਾਂਦਾ ਫਿੱਟੇ ਮੂੰਹ ਗੋਡਿਆਂ ਦਾ ਹੁਣ ਬੈਂਸ ਕਰਕੇ ਧਰਮਵੀਰ ਗਾਂਧੀ ਤਾਂ ਨਹੀਂ ਸੀ ਗਿਆ ਬੈਂਸ ਕਰਕੇ ਹਰਿੰਦਰ ਖਾਲਸਾ ਨਹੀਂ ਸੀ ਗਏ ਬੈਂਸ ਕਰਕੇ ਛੋਟੇਪੁਰ ਨਹੀਂ ਸੀ ਗਿਆ ਘੁੱਗੀ ਨਹੀਂ ਸੀ ਗਿਆ ਬੈਂਸ ਕਰਕੇ ਦਿੱਲੀ ਦੇ ਕਿੱਡੇ ਕਦਾਵਰ ਲੀਡਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਚਲੇ ਗਏ ਹੁਣ ਉਹ ਬੈਂਸ 'ਤੇ ਐਵੇਂ ਖਾਮ ਖਾਈ ਦੋਸ਼ ਲਾਈ ਜਾਣ 'ਤੇ ਉਹਨਾਂ ਦੀ ਮਰਜ਼ੀ ਪਾਰਟੀ ਦਾ ਨਾਂ ਲੋਕ ਇਨਸਾਫ ਪਾਰਟੀ ਰਹੇਗਾ ਕਿ ਕੁਝ ਹੋਰ ਹੋਏ ਬਿਲਕੁਲ ਲੋਕ ਇਨਸਾਫ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ ਜੀ ਇਹ ਸਨ ਬੈਂਸ ਸਾਹਿਬ ਇਹ ਸਨ ਸਾਡੇ ਨਾਲ ਇਹ ਸਨ ਸਾਡੇ ਨਾਲ ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ਦਾ ਕਹਿਣਾ ਹੈਗਾ ਕਿ ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ਨੇ ਇਹ ਗੱਲ ਬੜੀ ਕਲੀਅਰ ਕਰ ਦਿੱਤੀ ਹੈ
ਕਿ ਆਵਾਜ਼ੇ ਖਲਕ ਨਗਾਰੇ ਖੁਦਾ ਜੋ 8 ਦਸੰਬਰ ਨੂੰ ਜੋ ਤਲਵੰਡੀ ਸਾਬੋ ਤੋਂ ਇੱਕ ਰੈਲੀ ਜਿਹੜੀ ਹੈ ਉਹ ਕੱਢੀ ਜਾ ਰਹੀ ਹੈ ਸ਼ਕਤੀ ਪ੍ਰਦਰਸ਼ਨ ਹੀ ਹੋਏਗਾ ਇੱਕ ਕਿਸਮ ਦਾ ਔਰ ਜੋ ਜਨਤਾ ਦਾ ਫੈਸਲਾ ਹੋਏਗਾ ਉਹੀ ਫੈਸਲਾ ਜਿਹੜਾ ਸਿਮਰਜੀਤ ਸਿੰਘ ਬੈਂਸ ਜਿਹੜੇ ਨੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਉਹਨਾਂ ਦਾ ਹੋਏਗਾ ਔਰ ਉਹਨਾਂ ਦੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪੰਜਾਬ ਹਤੈਸ਼ੀ ਜੋ ਵੀ ਪਾਰਟੀ ਦਾ ਕਿਸੇ ਵੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਹੋਵੇ ਚਾਹੇ ਉਹ ਬਾਗੀ ਅਕਾਲੀ ਦਲ ਤੋਂ ਅਕਾਲੀ ਲੀਡਰ ਹੋਣ ਜਾਂ ਕਿਸੇ ਹੋਰ ਪਾਰਟੀ ਦੇ ਬਾਗੀ ਲੀਡਰ ਹੋਣ ਉਹਨਾਂ ਦਾ ਕਹਿਣਾ ਕਿ ਜੋ ਪੰਜਾਬ ਦਾ ਭਲਾ ਚਾਹੁੰਦਾ ਉਹਨਾਂ ਦੇ ਕੋਲ ਆਪ ਜਾ ਕੇ ਉਹਨਾਂ ਦੇ ਕੋਲੋਂ ਮਦਦ ਮੰਗਣਗੇ ਔਰ ਪੰਜਾਬ ਦੇ ਵਿੱਚ ਤੀਜਾ ਫਰੰਟ ਬਣਾ ਕੇ ਇੱਕ ਐਸੀ ਸਰਕਾਰ ਦੇਣਗੇ ਜੋ ਨਾਇਕ ਫਿਲਮ ਦੇ ਵਾਂਗ ਕੰਮ ਕਰੇ ਸੋ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ 'ਚ ਅਕਾਲ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਅਤੇ ਮੈਂ ਹਾਂ ਰਿਸ਼ਪਾਲ ਸਿੰਘ ਪਿਛਲੇ ਬਹੁਤ ਲੰਬੇ ਅਰਸੇ ਤੋਂ ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਦਾ ਸਿੱਕਾ ਚੱਲ ਰਿਹਾ ਬਹੁਤ ਇਨਕਲਾਬੀ ਲੀਡਰ ਜਿਹੜੇ ਨੇ ਉਹ ਆਏ ਔਰ ਉਹਨਾਂ ਨੇ ਆਣ ਕੇ ਪੰਜਾਬ ਦੇ ਵਿੱਚ ਤੀਜਾ ਬਦਲ ਦੇਣ ਦੀ ਕੋਸ਼ਿਸ਼ ਕੀਤੀ ਭਾਵੇਂ ਉਹਨਾਂ ਦੇ ਵਿੱਚ ਮਨਪ੍ਰੀਤ ਬਾਦਲ ਸੀ ਚਾਹੇ ਸਿਮਰਨਜੀਤ ਸਿੰਘ ਵਾਲ ਸਿਮਰਨਜੀਤ ਸਿੰਘ ਮਾਨ ਸੀ ਚਾਹੇ ਰਾਮੂ ਵਾਲੀਆ ਸੀ ਲੇਕਿਨ ਉਹ ਕਾਮਯਾਬ ਨਹੀਂ ਹੋ ਸਕੇ 2017 ਦੀਆਂ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਕਾਮਯਾਬ ਹੁੰਦੀ ਰਹਿ ਗਈ ਲੇਕਿਨ ਉਹਦੇ ਬਾਅਦ ਹੁਣ ਫਿਰ ਕਿਉਂਕਿ ਪੰਜਾਬ ਦੀ ਨਬਜ਼ ਨੂੰ ਟਟੋਲਦੇ ਹੋਏ ਪਛਾਣਦੇ ਹੋਏ ਸਿਮਰਨਜੀਤ ਸਿੰਘ ਬੈਂਸ ਉਹਨਾਂ ਨੂੰ ਲੱਗਦਾ ਕਿ ਪੰਜਾਬ ਤੀਸਰੇ ਬਦਲ ਦੀ ਉਡੀਕ ਵਿੱਚ ਹੈ ਔਰ ਇਹ ਕੀ ਉਹਨਾਂ ਦੀ ਉਮੀਦ 'ਤੇ ਖਰਾ ਉਤਰਨਗੇ ਅਸੀਂ ਇਹਨਾਂ ਦੇ ਨਾਲ ਹੀ ਗੱਲ ਕਰਦੇ ਸਰਦਾਰ ਸਿਮਰਜੀਤ ਸਿੰਘ ਜੀ ਵਹਿ ਸਾਹਿਬ ਜੀ ਦਾ ਅਕਾਲ ਚੈਨਲ 'ਤੇ ਸਵਾਗਤ ਹੈ ਜੀ ਗੁਰਫਤਿਹ ਦੀ ਸਾਂਝ ਪਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਲਾ ਵੀ ਜਾਵੇ ਸੋ ਲਿਆਰੋ ਜਾਵੇ ਅਕਾਲ ਪੁਰਖ ਨੂੰ ਪਾਵ ਸਤਿ ਸ੍ਰੀ ਅਕਾਲ ਸਰਦਾਰ ਸਿਮਰਨਜੀਤ ਸਿੰਘ ਜੀ ਸਰਦਾਰ ਸਿਮਰਨ ਸਿੰਘ ਜੀ ਬੈਂਸ ਸਾਡੇ ਨਾਲ ਬੈਂਸ ਸਾਹਿਬ ਲੋਕ ਇਨਸਾਫ ਪਾਰਟੀ ਦੇ ਨਾਲ ਆਪ ਜੀ ਨੇ ਪੰਜਾਬ 'ਚ ਆਗਾਜ਼ ਕੀਤਾ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਸ਼ਾਇਦ ਇੰਨੀ ਪਾਪੂਲੈਰਿਟੀ ਕਿਸੇ ਹੋਰ ਲੀਡਰ ਦੇ ਨਸੀਬ 'ਚ ਨਹੀਂ ਹੋਈ ਜਿੰਨੀ ਪਾਪੂਲੈਰਿਟੀ ਜਿਹੜੀ ਹੈ ਆਪ ਜੀ ਨੂੰ ਮਿਲੀ ਹੈ ਇਹਦਾ ਕੀ ਕਾਰਨ ਹੈ ਇਹਨੇ ਕੀ ਕਿਰਪਾ ਸੇ ਸਜੇ ਹਮ ਮੈਨੇ ਮੋਹ ਸੇ ਗਰੀਬ ਕਰੋੜ ਪਰੇ ਇਹ ਸੰਗਤ ਦਾ ਪਿਆਰ ਦੁਆਵਾਂ ਮੇਰੇ ਵਰਗੇ ਇਨਸਾਨ ਦੀ ਕੀ ਔਕਾਤ ਹੈ ਕਿ ਸਮੇਂ ਦੇ ਪਾਵਰਫੁੱਲ ਲੋਕਾਂ ਦਾ ਟਾਕਰਾ ਕਰ ਜੇ ਮੇਰੀ ਔਕਾਤ ਨਹੀਂ ਇਹ ਲੋਕਾਂ ਦੀਆਂ ਸੰਗਤ ਦੀਆਂ ਬਲੈਸਿੰਗ ਦੁਆਵਾਂ ਅਤੇ ਪਿਆਰ ਔਰ ਹੱਲਾਸ਼ੇਰੀ ਇੱਕ ਬਹੁਤ ਵੱਡੀ ਸ਼ਕਤੀ ਅਤੇ ਮੋਟੀਵੇਸ਼ਨ ਆ ਜਿਹੜਾ ਡੋਲਣ ਨਹੀਂ ਦਿੰਦਾ ਸਾਹਮਣੇ ਚਾਹੇ ਕਿਸੇ ਕੁਰਸੀ 'ਤੇ ਕੋਈ ਬੇਈਮਾਨ ਬਿਰਾਜਮਾਨ ਹੋਵੇ ਅਤੇ ਉੱਥੇ ਸੱਚ ਦਾ ਪਹਿਰਾ ਲਾ ਕੇ ਆਉਣਾ ਇਹਨਾਂ ਸਤਿਕਾਰਯੋਗ ਪੰਜਾਬੀਆਂ ਦੇ ਦੁਆਵਾਂ ਦੀ ਬਦੌਲਤ ਜਿਵੇਂ ਸਾਹਿਬ ਜੋ ਲੋਕ ਇਨਸਾਫ ਪਾਰਟੀ ਹੈ ਉਹ ਤੀਜਾ ਫਰੰਟ ਬਣਾਉਣ ਦੀ ਤਿਆਰੀ 'ਚ ਹੈ ਅਗਰ ਕਹਿ ਦਈਏ ਤਾਂ ਤੀਜਾ ਫਰੰਟ ਬਣ ਰਿਹਾ ਤੀਸਰੇ ਫਰੰਟ ਦੇ ਵਿੱਚ ਕੌਣ ਕੌਣ ਹੋਏਗਾ ਔਰ ਇਸ ਤੀਸਰੇ ਫਰੰਟ ਦਾ ਨਾਂ ਕੀ ਹੋਏਗਾ ਤੀਸਰੇ ਫਰੰਟ ਦੇ ਵਿੱਚ ਕੌਣ ਕੌਣ ਹੋਏਗਾ ਉਹ ਸੱਜਣ ਜਿਹੜੇ ਪੰਜਾਬ ਦੇ ਹਤੈਸ਼ੀ ਹੈ ਅਸੀਂ ਹਰ ਉਸ ਸੱਜਣ ਦੇ ਕੋਲ ਜਾਵਾਂਗੇ ਜਿਹੜਾ ਪੰਜਾਬ ਦਾ ਹਤੈਸ਼ੀ ਹੈ ਹਰ ਉਸ ਦਰਵਾਜ਼ੇ 'ਤੇ ਜਾਵਾਂਗੇ ਜਿਹਦੇ ਮਨ ਦੇ ਦਿਲ ਦੇ ਅੰਦਰ ਪੰਜਾਬ ਪ੍ਰਤੀ ਦਰਦ ਅਤੇ ਪਿਆਰ ਹੈ ਜਿਹਦੇ ਦਿਲ ਦੇ ਅੰਦਰ ਇੱਕ ਐਸੀ ਭਾਵਨਾ ਕਿ ਅਸੀਂ ਇਸ ਮਾਫੀਏ ਨੂੰ ਪੰਜਾਬ ਤੋਂ ਪਰੇ ਕਰਨਾ ਪੰਜਾਬ ਨੂੰ ਮਾਫੀਆ ਮੁਕਤ ਬਣਾਉਣਾ ਉਹਦੇ ਵਿੱਚ ਹਰ ਉਹ ਸੱਜਣ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤੁਸੀਂ ਦੂਜਾ ਸਵਾਲ ਕਰਨਾ ਬਾਗੀ ਕਾਲੀਆਂ ਦਾ ਮੈਨੂੰ ਪਤਾ ਮੈਂ ਤੁਹਾਨੂੰ ਉਸ ਸਵਾਲ ਦਾ ਜਵਾਬ ਵੀ ਦੇ ਦਿੰਦਾ ਹਰ ਉਹ ਸੱਜਣ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆ ਗਿਆ ਭੁੱਲਿਆ ਨਹੀਂ ਗਿਣਦੇ ਜੱਬੇ ਬਾਣ ਲੱਗ ਗਏ ਤਬੇ ਰੋਸ ਜਾਗਿਓ ਹਰ ਉਹ ਸੱਜਣ ਨੂੰ ਨਾਲ ਲੈ ਕੇ ਤੁਰਾਂਗੇ ਜੀ ਬੈਂਸ ਸਾਹਿਬ ਇਹਦੇ ਵਿੱਚ ਸਾਡੇ ਜਿਹੜੇ ਗੱਲ ਕਰੀਏ ਤਾਂ ਸੁਖਪਾਲ ਸਿੰਘ ਖਹਿਰਾ ਜੀ ਜੋ ਆਮ ਆਦਮੀ ਪਾਰਟੀ ਤੋਂ ਨੇ ਡਾਕਟਰ ਧਰਮਵੀਰ ਗਾਂਧੀ ਜੀ ਇਸ ਵੇਲੇ ਤੁਹਾਡਾ ਇੱਕ ਸੰਗਠਿਤ ਗਰੁੱਪ ਹੈ ਜਿਹੜਾ ਉਹ ਬਣ ਰਿਹਾ ਬਹੁਤ ਹੀ ਮਜ਼ਬੂਤ ਇੱਕ ਗਰੁੱਪ ਬਣ ਰਿਹਾ ਪਰ ਇਹ 'ਚ ਲੀਡਰਸ਼ਿਪ ਕਿਹਦੇ ਕੋਲ ਹੋਏਗੀ ਕਮਾਂਡ ਕੌਣ ਦੇਖੇਗਾ ਲੀਡਰਸ਼ਿਪ ਰੌਲਾ ਉੱਥੇ ਪੈਂਦਾ ਕੁਰਸੀ ਦਾ ਜਿੱਥੇ ਕੁਰਸੀ ਧੰਦਾ ਬਣ ਜੇ ਜਿੱਥੇ ਕੁਰਸੀ ਦੁਕਾਨਦਾਰੀ ਬਣ ਜੇ ਫੈਕਟਰੀ ਅਤੇ ਮਿੱਲ ਬਣ ਜੇ ਜਿੱਥੇ ਕੁਰਸੀ ਦੇਸ਼ ਭਗਤੀ ਹੋਵੇ ਨਾ ਜਿੱਥੇ ਕੁਰਸੀ ਬੇਈਮਾਨਾਂ ਦੇ ਲੜਨ ਦਾ ਇੱਕ ਚੈਲੇਂਜ ਅਤੇ ਸੰਘਰਸ਼ ਦਾ ਨਾਮ ਰਾਜਨੀਤੀ ਹੋਵੇ ਉੱਥੇ ਕੁਰਸੀ ਦੇ ਪਿੱਛੇ ਲੜਾਈ ਨਹੀਂ ਲੀਡਰ ਖਹਿਰਾ ਬਣ ਜੇ ਬੈਂਸ ਬਣ ਜੇ ਗਾਂਧੀ ਸਾਹਿਬ ਬਣ ਜਾਣ ਲੀਡਰ ਕੋਈ ਬਣ ਜੇ ਕੋਈ ਰੌਲਾ ਹੀ ਨਹੀਂ ਹੈਗਾ ਸਾਡਾ ਰੌਲਾ ਉਹਨਾਂ ਨੂੰ ਆ ਜਿਹੜੇ ਰਾਜਨੀਤੀ ਦਾ ਧੰਦਾ ਕਰਦੇ ਰਣਜੀਤ ਸਿੰਘ ਬ੍ਰਹਮਪੁਰਾ ਜੀ ਸੇਵਾ ਸਿੰਘ ਸਿੱਖਵਾਂ ਜੀ ਦੀ ਗੱਲ ਕਰੀਏ ਰਤਨ ਸਿੰਘ ਅਜਨਾਲਾ ਉਹ ਤੁਹਾਡੇ ਕੋਲ ਆਉਣਗੇ ਕਿ ਤੁਸੀਂ ਉਹਨਾਂ ਕੋਲ ਚੱਲ ਕੇ ਜਾਓ ਮੇਰੇ ਵੱਡੇ ਨੇ ਸਤਿਕਾਰਯੋਗ ਨੇ ਯਾਰ ਬਜ਼ੁਰਗ ਹੈਗੇ ਆ ਉਹ ਉਹਨਾਂ ਕੋਲ ਬਹੁਤ ਵੱਡਾ ਤਜਰਬਾ ਮੈਂ ਤਾਂ ਪਹਿਲਾਂ ਕਹਿ ਕੇ ਹਟਿਆ ਕਿ ਬੈਂਸ ਹਰ ਉਸ ਦਰਵਾਜ਼ੇ 'ਤੇ ਜਾਊਗਾ ਜਿਹੜਾ ਪੰਜਾਬ ਲਈ ਦਿਲ ਦੇ ਵਿੱਚ ਦਰਦ ਰੱਖਦਾ ਹੋਊਗਾ ਜੀ 8 ਦਸੰਬਰ ਨੂੰ ਸ਼ਕਤੀ ਪ੍ਰਦਰਸ਼ਨ ਸਮਝੀਏ ਤੁਹਾਡਾ ਨਹੀਂ ਇਹ ਇਨਸਾਫ ਮਾਰਚ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ
ਕੋਈ ਸ਼ਕਤੀ ਪ੍ਰਦਰਸ਼ਨ ਨਹੀਂ। ਗੁਰੂ ਗ੍ਰੰਥ ਸਾਹਿਬ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਬਰਗਾੜੀ ਦੇ ਵਿੱਚ ਨਹੱਤੀ ਸੰਗਤ ਦੇ ਉੱਤੇ ਜਨਰਲ ਡਾਇਰ ਬਣ ਕੇ ਗੋਲੀਆਂ ਚਲਾਉਣ ਵਾਲੇ ਲੋਕਾਂ ਨੂੰ ਸਜ਼ਾਵਾਂ ਵਾਸਤੇ, ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਰੋਕਣ ਵਾਸਤੇ, ਪੰਜਾਬ ਦਾ ਯੂਥ ਬੇਰੁਜ਼ਗਾਰ ਤੁਰਿਆ ਫਿਰਦਾ। ਉਹੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਹਰ ਘਰ ਦੇ ਵਿੱਚ ਨੌਕਰੀਆਂ ਵੰਡਦੇ ਸੀ ਇਹ ਵਾਅਦੇ ਯਾਦ ਕਰਾਉਣ ਵਾਸਤੇ। ਦਲਿਤ ਦਾ ਹਾਲ ਕੀ ਅੱਜ ਪਿੰਡਾਂ ਦੇ ਅੰਦਰ, ਦਲਿਤ ਬੇਜ਼ਮੀਨੇ ਵਿਚਾਰੇ ਲੋਕ, ਮਿਹਨਤਕਸ਼ ਲੋਕ ਅੱਜ ਖੁਦਕੁਸ਼ੀਆਂ ਦੇ ਰਸਤੇ 'ਤੇ ਪਏ ਆ। ਇਹਨਾਂ ਗੱਲਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਨਸਾਫ ਮਾਰਚ 8 ਤਰੀਕ ਤੋਂ ਤਲਵੰਡੀ ਸਾਬੋ ਤੋਂ 10 ਵਜੇ ਸਟਾਰਟ ਹੋ ਕੇ 16 ਤਰੀਕ ਮਹਿਲਾਂ ਵਾਲੇ ਸ਼ਹਿਰ ਪਟਿਆਲੇ ਦੇ ਵਿੱਚ ਸਮਾਪਤੀ ਕਰਾਂਗੇ। ਬਹੁਤ ਵੱਡਾ ਇਕੱਠ ਹੋਏਗਾ ਲਾਮਸਾਰ। ਜੀ ਬਿਲਕੁਲ, ਬਹੁਤ ਵੱਡਾ ਇਕੱਠ ਹੋਏਗਾ। ਉਹ ਨਿਰਣਾਇਕ ਕੋਈ ਫੈਸਲਾ ਵੀ ਹੋਏਗਾ ਉੱਥੇ ਕਿ ਜਾਂ ਇਕੱਠ ਵਿਖਾਉਣਾ, ਸਰਕਾਰ ਨੂੰ ਚਿਤਾਉਣਾ ਔਰ ਆਪਣੇ ਸ਼ਕਤੀ ਪ੍ਰਦਰਸ਼ਨ ਦੇ ਨਾਲ ਜੋ ਤੀਸਰਾ ਬਦਲ ਹੈ ਉਹਨੂੰ ਦਾਅਵੇ ਪੱਕੇ ਕਰਨੇ ਨੇ। ਇਹਨੂੰ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਜੋ ਮਰਜ਼ੀ ਕਹਿ ਸਕਦੇ ਹੋ, ਆਵਾਜ਼ ਖਲਕ ਨਗਾੜਾ ਹੈ ਖੁਦਾ। ਜਿੱਥੇ ਖਲਕ ਇਕੱਠਾ ਹੋ ਜਾਂਦਾ ਨਾ ਅਤੇ ਫਿਰ ਉਹ ਗੁਰੂ ਦੀ ਆਵਾਜ਼ ਬਣ ਜਾਂਦਾ ਜੀ। ਅਤੇ ਜਿੱਥੇ ਤੁਸੀਂ ਆਉਂਦੀ ਆਵਾਜ਼ ਬਣ, ਜਿੱਥੇ ਮੈਂ ਸਾਹਿਬ ਬਾਕੀ ਲੀਡਰਾਂ ਦੀ ਗੱਲ ਕੀਤੀ ਤਾਂ ਬਰਗਾੜੀ ਦੀ ਗੱਲ ਕਰਾਂ ਤਾਂ ਬਰਗਾੜੀ ਮੋਰਚੇ ਤੋਂ ਸ਼ੁਰੂਆਤ ਹੋ ਸਕਦੀ, ਯਾਨੀ ਕਿ ਬਰਗਾੜੀ ਮੋਰਚੇ 'ਚ ਬੈਠੇ ਜਿਹੜੇ ਸਿੰਘ ਸਾਹਿਬਾਨ ਨੇ ਕਿ ਉਹਨਾਂ ਦੀ ਵੀ ਰਹਿਨੁਮਾਈ ਤੁਹਾਨੂੰ ਮਿਲੇਗੀ, ਕਿ ਉਹਨਾਂ ਦੀ ਸਪੋਰਟ ਲਓਗੇ ਕਿ ਜਾਂ ਉਹਨਾਂ ਨੂੰ ਸਿਰਫ ਰਾਜਨੀਤਿਕ ਫਾਇਦੇ ਵਾਸਤੇ ਵਰਤ ਰਹੇ? ਨਹੀਂ, ਅਸੀਂ ਕਦੇ ਉਹਨਾਂ ਨੂੰ ਨਾ ਅਸੀਂ ਆਪਣੇ ਰਾਜਨੀਤਿਕ ਫਾਇਦੇ ਵਾਸਤੇ, ਜਿਹੜਾ ਗੁਰੂ ਗ੍ਰੰਥ ਸਾਹਿਬ ਲਈ ਰਾਜਨੀਤੀ ਕਰੇਗਾ ਨਾ ਉਹ ਦੋਜਕ ਦਾ ਭਾਗੀਦਾਰ ਹੋਏਗਾ। ਉਹ ਸਤਿਕਾਰਯੋਗ ਸੱਜਣ ਜਿਨ੍ਹਾਂ ਦਾ ਬਹੁਤ ਵੱਡਾ ਇੱਕ ਸੈਕਰੀਫਾਈਸ ਆ, ਮੇਰਾ ਖਿਆਲ 250 ਦਿਨ ਹੋ ਗਏ ਉਹਨਾਂ ਨੂੰ, 180 ਦੇ ਕਰੀਬ ਦਿਨ ਹੋ ਗਏ, ਅਤੇ ਉਹਨਾਂ ਦਾ ਧਾਰਮਿਕ ਰਸਤਾ ਜਿਹੜੇ ਰਸਤੇ 'ਤੇ ਉਹ ਤੁਰੇ ਆ, ਅਸੀਂ ਉਸ ਇਨਸਾਫ ਮੋਰਚਾ ਲੱਗਿਆ ਅਤੇ ਇਹ ਇਨਸਾਫ ਮਾਰਚ ਹੈ, ਉਸ ਮੋਰਚੇ ਨੂੰ ਸ਼ਕਤੀ ਦੇਣ ਵਾਸਤੇ ਆ, ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਵਾਸਤੇ, ਸਜ਼ਾਵਾਂ ਦਿਵਾਉਣ ਵਾਸਤੇ। ਇਹ ਜੋ ਸਮਾਂ ਕੋਈ ਤੈਅ ਹੋਏਗਾ, ਸੀਮਾ ਤੈਅ ਹੋਏਗੀ, ਕੋਈ ਦਿਸ਼ਾ ਔਰ ਦਸ਼ਾ ਤੈਅ ਹੋਏਗੀ ਉਸ ਦਿਨ ਕਿ ਜਾਂ ਫਿਰ ਉਸੇ ਤਰੀਕੇ ਦੇ ਨਾਲ ਫਿਰ ਅਗਲਾ ਜਿਹੜਾ ਐਲਾਨ ਕਰ ਦਿੱਤਾ ਜਾਏਗਾ ਕਿ ਹੁਣ ਅਗਲੀ ਰੈਲੀ ਜਿਹੜੀ ਇੰਨੀ ਤੈਅ ਹੋਏਗੀ, ਦਸ਼ਾ ਵੀ ਤੈਅ ਹੋਏਗੀ, ਫਿਕਰ ਨਾ ਕਰੋ ਤੁਸੀਂ 16 ਤਰੀਕ ਆ ਲੈਣ ਦੇ। ਜੀ ਬੈਂਸ ਸਾਹਿਬ ਬਿਲਕੁਲ, ਦੋ ਸਵਾਲ ਸਿਰਫ ਹੋਰ ਨੇ, ਤੁਸੀਂ ਉਹਨਾਂ ਦਾ ਜਵਾਬ ਦੇ ਕੇ ਫਿਰ ਅਸੀਂ ਵੀ ਤੁਹਾਨੂੰ ਇਜਾਜ਼ਤ ਦੇ ਦਿੰਦੇ ਹਾਂ। ਬੈਂਸ ਸਾਹਿਬ ਗੱਲ ਕਰੀਏ ਆਪਾਂ, ਜੋ ਇਸ ਵੇਲੇ ਸਿੱਧੂ ਦੀ, ਨਵਜੋਤ ਸਿੰਘ ਸਿੱਧੂ ਦੀ, ਉਹ ਪਾਕਿਸਤਾਨ ਜਾਂਦੇ ਨੇ, ਪਾਕਿਸਤਾਨੀ ਇੱਕ ਜੱਫੀ ਪਾ ਕੇ ਆਉਂਦੇ ਨੇ ਅਤੇ 3 ਮਹੀਨੇ ਬਾਅਦ ਉਸ ਜੱਫੀ ਦਾ ਰਿਜ਼ਲਟ ਆ ਜਾਂਦਾ, ਪਾਕਿਸਤਾਨ ਤੋਂ ਸਾਨੂੰ ਕਰਤਾਰਪੁਰ ਸਾਹਿਬ ਦਾ ਰਸਤਾ ਮਿਲ ਜਾਂਦਾ, ਜਿੱਥੇ ਪੂਰਾ ਆਵਾਮ ਚਾਹੇ ਪਾਕਿਸਤਾਨ ਦਾ ਚਾਹੇ ਹਿੰਦੁਸਤਾਨ ਦਾ ਸਿੱਧੂ ਨੂੰ ਪਲਕਾਂ 'ਤੇ ਬਿਠਾ ਰਿਹਾ, ਉੱਥੇ ਹੀ ਅਕਾਲੀ ਦਲ ਵਾਲੇ, BJP ਵਾਲੇ ਔਰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ 'ਤੇ ਬੜੇ ਤਿੱਖੇ ਨਿਸ਼ਾਨੇ ਲਾ ਰਹੇ ਨੇ, ਕਿਉਂ? ਉਹ ਇਸ ਕਰਕੇ ਆ, ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸੀ ਅਤੇ ਉਹ ਪਾਕਿਸਤਾਨ ਗਏ ਸੀ, ਉਹ ਆਪਣੀ ਪਾਕਿਸਤਾਨ ਫੇਰੀ ਦੌਰਾਨ ਉੱਥੋਂ ਦੁੰਬੇ ਲਏ ਭੇਡੂ, ਫਿਰ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ, ਉਹ ਗਏ ਪਾਕਿਸਤਾਨ ਦੇ ਵਿੱਚ ਅਤੇ ਉਹ ਇੱਕ ਪਾਕਿਸਤਾਨ ਦੀ ਔਰਤ ਰੂਸ ਆਲਮ ਲਏ, ਅਤੇ ਜੇ ਸਿੱਧੂ ਗਿਆ ਅਤੇ ਸਿੱਧੂ ਬਾਬੇ ਨਾਨਕ ਦੇ ਪਵਿੱਤਰ ਘਰ ਦਾ ਰਸਤਾ ਮੰਗਣ ਵਾਸਤੇ। ਮੈਂ ਧੰਨਵਾਦ ਕਰਦਾ ਸੁਰਗਵਾਸੀ ਸਰਦਾਰ ਕੁਲਦੀਪ ਸਿੰਘ ਬਡਾਲਾ ਹੋਣਾ ਦਾ, ਜਿਹੜੇ 208 ਵਾਰ ਹਰ ਮੱਸਿਆ ਦੇ ਉੱਤੇ 208 ਵਾਰ ਸੰਗਤ ਨੂੰ ਨਾਲ ਲੈ ਕੇ ਅਰਦਾਸ ਬੇਨਤੀਆਂ ਕਰਦੇ ਰਹੇ। ਮੈਂ ਗੁਰੂ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ, ਕਿਸੇ ਜ਼ਰੀਏ ਹੋ ਗਿਆ, ਬਹੁਤ ਧੰਨਵਾਦ। ਪਰ ਉਹ ਲੋਕ ਕੁੱਕੜ ਖੇਡ ਆਈ ਅਤੇ ਆਪਣੇ ਸਿਰ 'ਚ ਪਾਈ ਆ, ਸਟੇਜ ਲੱਗੀ ਸੀ ਨਾ ਅੰਮ੍ਰਿਤਸਰ ਦੇ ਵਿੱਚ ਉਦਘਾਟਨੀ ਸਮਾਰੋਹ ਵੇਲੇ, ਕਾਂਗਰਸ ਅਤੇ ਅਕਾਲੀਆਂ ਨੇ ਕੈਸਾ ਜਲੂਸ ਕੱਢਿਆ ਉੱਥੇ, ਕ੍ਰੈਡਿਟ ਵਾਰ, ਸ਼ਰਮ ਆਉਣੀ ਚਾਹੀਦੀ ਹੈ। ਇੱਕ ਐਡੇ ਮਹਾਨ ਪਵਿੱਤਰ ਕਾਜ ਵਾਸਤੇ ਵੀ ਤੁਸੀਂ ਰਾਜਨੀਤੀ ਕਰਦੇ ਹੋ, ਇੱਦੂ ਵੱਡੀ ਕੋਈ ਗਿਰਾਵਟ ਹੋ ਸਕਦੀ ਹੈ ਤੁਹਾਡੇ ਅੰਦਰ? ਹੋਰ ਮੁੱਦੇ ਹੈ ਨਹੀਂ ਰਾਜਨੀਤੀ ਕਰਨ ਵਾਸਤੇ, ਤੁਸੀਂ ਇਸ ਮੁੱਦੇ ਨੂੰ ਤਾਂ ਕਮ ਸੇ ਕਮ ਸਪੇਅਰ ਕਰ ਦਿਓ। ਸੋ ਸਿੱਧੂ ਦੇ ਉੱਪਰ ਜੋ ਇਲਜ਼ਾਮ ਲੱਗ ਰਹੇ ਸੀ ਗੱਦਾਰੀ ਦੇ, ਦੇਸ਼ ਧਰੋਹੀ ਦੇ, ਜੋ ਇਲਜ਼ਾਮ ਲਗਾਉਣ ਵਾਲੇ ਸੀ ਅਤੇ ਅੱਜ ਉਹੀ ਉਸੇ ਪਾਕਿਸਤਾਨ 'ਚ ਜਾ ਕੇ ਪ੍ਰੋਗਰਾਮ 'ਚ ਸ਼ਾਮਿਲ ਹੋਏ, ਕੀ ਕਹਿਣਾ ਚਾਹੋ? ਸੋ ਡਬਲ ਸਟੈਂਡਰਡ ਹੈਗਾ, ਚਾਹੇ ਉਹ ਬਾਦਲ ਆ ਚਾਹੇ ਉਹ ਕੈਪਟਨ ਆ, ਇਹ ਦੋ ਮੁਹੀਏ ਹੈਗੇ, ਦੋ ਮੁਹੀਏ ਲੋਕ ਨੇ, ਇਹ ਆਪਣੀ ਸਹੂਲਤ ਅਨੁਸਾਰ ਆਪਣੇ ਹਿੱਤ ਅਨੁਸਾਰ ਕੋਈ ਵੀ ਗੱਲ ਕਿਤੇ ਵੀ ਕਹਿ ਸਕਦੇ। ਅੱਜ ਉਹੀ ਬਾਦਲ ਮੁੱਦਾਹੀਣ ਹੋ ਗਏ, ਲਾਸ਼ਾਂ ਦੇ ਢੇਰਾਂ 'ਤੇ ਖੜ੍ਹ ਕੇ ਰਾਜਨੀਤੀ ਕਰਦੇ ਆ, ਚਾਹੇ ਉਹ ਰੇਲ ਕਾਂਡ ਹੋਵੇ, ਦੁਰਘਟਨਾ ਹੋਈ ਦੁਸਹਿਰੇ ਵਾਲੇ ਦਿਨ, ਅਤੇ ਚਾਹੇ ਉਹ ਅੰਮ੍ਰਿਤਸਰ ਬੰਬ ਕਾਂਡ ਹੋਵੇ ਜਿਹੜਾ ਸਰਕਾਰ ਦੀਆਂ ਏਜੰਸੀਆਂ ਨੇ ਸਰਕਾਰ ਦੇ ਇਸ਼ਾਰਿਆਂ 'ਤੇ ਕੀਤਾ, ਕਿਸੇ ਖੜਕੂ ਜਥੇਬੰਦੀ ਦਾ ਨਹੀਂ, ਕੌਣ ਕਰਕੇ ਗਿਆ, ਫੁਟੇਜ ਸਾਹਮਣੇ ਆ ਗਈ ਅਤੇ ਫੜ ਕੌਣ ਲਿਆ, ਸਾਰੀ ਗੱਲ ਆ ਗਈ ਨਾ ਸਾਹਮਣੇ। ਪੰਜਾਬ ਦੇ ਅੰਦਰ ਸ਼ਹਿਰੀ ਵਪਾਰੀ ਅਤੇ ਹਿੰਦੂ ਨੂੰ ਡਰਾਉਣ ਵਾਸਤੇ ਇਹ ਗਿਰਗਿਟ ਵਾਂਗੂ ਰੰਗ ਬਦਲੀ ਕਰ। ਸਰ ਜੋ ਇਸ ਵੇਲੇ ਨਵਜੋਤ ਸਿੰਘ ਸਿੱਧੂ ਹੈ,
ਤੁਹਾਨੂੰ ਉਹਦੇ ਨਾਲ ਕਿਸ ਤਰ੍ਹਾਂ ਦੀ ਹਮਦਰਦੀ ਹੈ ਕੀ ਤੁਸੀਂ ਖੁੱਲ੍ਹ ਕੇ ਉਹਦਾ ਸਪੋਰਟ ਕਰਦੇ ਹੋ ਹਮਦਰਦੀ ਉਹ ਕਿਹੜਾ ਬਿਮਾਰ ਆ ਮੇਰੀ ਹਮਦਰਦੀ ਆ ਸਪੋਰਟ ਕਰਦੇ ਜੋ ਉਹਦੇ ਨਾਲ ਹਾਲਾਤ ਨੇ ਮੈਂ ਸਿੱਧੂ ਦੀ ਸਪੋਰਟ ਨਹੀਂ ਕਰਦਾ ਮੈਂ ਇਮਾਨਦਾਰੀ ਦੀ ਸਪੋਰਟ ਕਰਦਾ ਮੈਂ ਦੇਸ਼ ਭਗਤੀ ਦੀ ਸਪੋਰਟ ਕਰਦਾ ਮੈਂ ਸੰਗਤ ਦੇ ਸੇਵਾ ਦੇ ਕਾਜ ਦੀ ਸਪੋਰਟ ਕਰਦਾ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਸੋ ਭਾਈ ਸਾਹਿਬ ਜੋ ਆਮ ਆਦਮੀ ਪਾਰਟੀ ਹੈ ਉਹ ਆਰੋਪ ਜੋ ਤੁਹਾਡੇ ਉੱਪਰ ਇੱਕ ਬੜਾ ਜ਼ਬਰਦਸਤ ਲਗਾ ਰਹੀ ਹੈ ਕਿ ਇਹਨਾਂ ਨੇ ਸਾਡੀ ਪਾਰਟੀ ਨੂੰ ਸਨ ਲਾ ਰਹੀ ਹੈ ਉੱਥੇ ਆਪ ਤੋਂ ਨਹੀਂ ਜਾਂਦਾ ਫਿੱਟੇ ਮੂੰਹ ਗੋਡਿਆਂ ਦਾ ਹੁਣ ਬੈਂਸ ਕਰਕੇ ਧਰਮਵੀਰ ਗਾਂਧੀ ਤਾਂ ਨਹੀਂ ਸੀ ਗਿਆ ਬੈਂਸ ਕਰਕੇ ਹਰਿੰਦਰ ਖਾਲਸਾ ਨਹੀਂ ਸੀ ਗਏ ਬੈਂਸ ਕਰਕੇ ਛੋਟੇਪੁਰ ਨਹੀਂ ਸੀ ਗਿਆ ਘੁੱਗੀ ਨਹੀਂ ਸੀ ਗਿਆ ਬੈਂਸ ਕਰਕੇ ਦਿੱਲੀ ਦੇ ਕਿੱਡੇ ਕਦਾਵਰ ਲੀਡਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਚਲੇ ਗਏ ਹੁਣ ਉਹ ਬੈਂਸ 'ਤੇ ਐਵੇਂ ਖਾਮ ਖਾਈ ਦੋਸ਼ ਲਾਈ ਜਾਣ ਅਤੇ ਉਹਨਾਂ ਦੀ ਮਰਜ਼ੀ ਪਾਰਟੀ ਦਾ ਨਾਂ ਲੋਕ ਇਨਸਾਫ ਪਾਰਟੀ ਰਹੇਗਾ ਕਿ ਕੁਛ ਹੋਰ ਹੋਏ ਬਿਲਕੁਲ ਲੋਕ ਇਨਸਾਫ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ ਜੀ ਇਹ ਸਨ ਬੈਂਸ ਸਾਹਿਬ ਇਹ ਸਨ ਸਾਡੇ ਨਾਲ ਇਹ ਸਨ ਸਾਡੇ ਨਾਲ ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ਦਾ ਕਹਿਣਾ ਹੈਗਾ ਕਿ ਸਿਮਰਨਜੀਤ ਸਿੰਘ ਬੈਂਸ ਜਿਨ੍ਹਾਂ ਨੇ ਇਹ ਗੱਲ ਬੜੀ ਕਲੀਅਰ ਕਰ ਦਿੱਤੀ ਹੈ ਕਿ ਆਵਾਜ਼ੇ ਖਲਕ ਨਗਾਰੇ ਖੁਦਾ ਜੋ 8 ਦਸੰਬਰ ਨੂੰ ਜੋ ਤਲਵੰਡੀ ਸਾਬੋ ਤੋਂ ਇੱਕ ਰੈਲੀ ਜਿਹੜੀ ਹੈ ਉਹ ਕੱਢੀ ਜਾ ਰਹੀ ਹੈ ਸ਼ਕਤੀ ਪ੍ਰਦਰਸ਼ਨ ਹੀ ਹੋਏਗਾ ਇੱਕ ਕਿਸਮ ਦਾ ਔਰ ਜੋ ਜਨਤਾ ਦਾ ਫੈਸਲਾ ਹੋਏਗਾ ਉਹੀ ਫੈਸਲਾ ਜਿਹੜਾ ਸਿਮਰਨਜੀਤ ਸਿੰਘ ਬੈਂਸ ਜਿਹੜੇ ਨੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਉਹਨਾਂ ਦਾ ਹੋਏਗਾ ਔਰ ਉਹਨਾਂ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਹਤੈਸ਼ੀ ਜੋ ਵੀ ਪਾਰਟੀ ਦਾ ਕਿਸੇ ਵੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਹੋਵੇ ਚਾਹੇ ਉਹ ਬਾਗੀ ਅਕਾਲੀ ਦਲ ਤੋਂ ਅਕਾਲੀ ਲੀਡਰ ਹੋਣ ਜਾਂ ਕਿਸੇ ਹੋਰ ਪਾਰਟੀ ਦੇ ਬਾਗੀ ਲੀਡਰ ਹੋਣ ਉਹਨਾਂ ਦਾ ਕਹਿਣਾ ਕਿ ਜੋ ਪੰਜਾਬ ਦਾ ਭਲਾ ਚਾਹੁੰਦਾ ਉਹਨਾਂ ਦੇ ਕੋਲ ਆਪ ਜਾ ਕੇ ਉਹਨਾਂ ਦੇ ਕੋਲੋਂ ਮਦਦ ਮੰਗਣਗੇ ਔਰ ਪੰਜਾਬ ਦੇ ਵਿੱਚ ਤੀਜਾ ਫਰੰਟ ਬਣਾ ਕੇ ਇੱਕ ਐਸੀ ਸਰਕਾਰ ਦੇਣਗੇ ਜੋ ਨਾਇਕ ਫਿਲਮ ਦੇ ਵਾਂਗ ਕੰਮ ਕਰੇ ਸੋ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ 'ਚ ਅਕਾਲ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਅਤੇ ਮੈਂ ਹਾਂ ਰਿਸ਼ਪਾਲ ਸਿੰਘ ਪਿਛਲੇ ਬਹੁਤ ਲੰਬੇ ਅਰਸੇ ਤੋਂ ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਦਾ ਸਿੱਕਾ ਚੱਲ ਰਿਹਾ ਬਹੁਤ ਇਨਕਲਾਬੀ ਲੀਡਰ ਜਿਹੜੇ ਨੇ ਉਹ ਆਏ ਔਰ ਉਹਨਾਂ ਨੇ ਆਣ ਕੇ ਪੰਜਾਬ ਦੇ ਵਿੱਚ ਤੀਜਾ ਬਦਲ ਦੇਣ ਦੀ ਕੋਸ਼ਿਸ਼ ਕੀਤੀ ਭਾਵੇਂ ਉਹਨਾਂ ਦੇ ਵਿੱਚ ਮਨਪ੍ਰੀਤ ਬਾਦਲ ਸੀ ਚਾਹੇ ਸਿਮਰਨਜੀਤ ਸਿੰਘ ਸਿਮਰਨਜੀਤ ਸਿੰਘ ਮਾਨ ਸੀ ਚਾਹੇ ਰਾਮੂ ਵਾਲੀਆ ਸੀ ਲੇਕਿਨ ਉਹ ਕਾਮਯਾਬ ਨਹੀਂ ਹੋ ਸਕੇ 2017 ਦੀਆਂ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਕਾਮਯਾਬ ਹੁੰਦੀ ਰਹਿ ਗਈ ਲੇਕਿਨ ਉਹਦੇ ਬਾਅਦ ਹੁਣ ਫਿਰ ਕਿਉਂਕਿ ਪੰਜਾਬ ਦੀ ਨਬਜ਼ ਨੂੰ ਟਟੋਲਦੇ ਹੋਏ ਪਛਾਣਦੇ ਹੋਏ ਸਿਮਰਨਜੀਤ ਸਿੰਘ ਬੈਂਸ ਉਹਨਾਂ ਨੂੰ ਲੱਗਦਾ ਕਿ ਪੰਜਾਬ ਤੀਸਰੇ ਬਦਲ ਦੀ ਉਡੀਕ ਵਿੱਚ ਹੈ ਔਰ ਇਹ ਕੀ ਉਹਨਾਂ ਦੀ ਉਮੀਦ 'ਤੇ ਖਰਾ ਉਤਰਨਗੇ ਅਸੀਂ ਇਹਨਾਂ ਦੇ ਨਾਲ ਹੀ ਗੱਲ ਕਰਦੇ ਸਰਦਾਰ ਸਿਮਰਜੀਤ ਸਿੰਘ ਜੀ ਬੈਂਸ ਸਾਹਿਬ ਜੀ ਦਾ ਅਕਾਲ ਚੈਨਲ 'ਤੇ ਸਵਾਗਤ ਹੈ ਜੀ ਗੁਰਫਤਿਹ ਦੀ ਸਾਂਝ ਪਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਜਕਾਰਾ ਵੀ ਜਾਵੇ ਸੋ ਲਿਆਰੋ ਜਾਵੇ ਅਕਾਲ ਪੁਰਖ ਨੂੰ ਪਾਵ ਸਤਿ ਸ੍ਰੀ ਅਕਾਲ ਸਰਦਾਰ ਸਿਮਰਨਜੀਤ ਸਿੰਘ ਜੀ ਸਰਦਾਰ ਸਿਮਰਨ ਸਿੰਘ ਜੀ ਬੈਂਸ ਸਾਡੇ ਨਾਲ ਬੈਂਸ ਸਾਹਿਬ ਲੋਕ ਇਨਸਾਫ ਪਾਰਟੀ ਦੇ ਨਾਲ ਆਪ ਜੀ ਨੇ ਪੰਜਾਬ 'ਚ ਆਗਾਜ਼ ਕੀਤਾ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਸ਼ਾਇਦ ਇੰਨੀ ਪਾਪੂਲੈਰਿਟੀ ਕਿਸੇ ਹੋਰ ਲੀਡਰ ਦੇ ਨਸੀਬ 'ਚ ਨਹੀਂ ਹੋਈ ਜਿੰਨੀ ਪਾਪੂਲੈਰਿਟੀ ਜਿਹੜੀ ਹੈ ਆਪ ਜੀ ਨੂੰ ਮਿਲੀ ਹੈ ਇਹਦਾ ਕੀ ਕਾਰਨ ਹੈ ਇਹਨੇ ਕੀ ਕਿਰਪਾ ਸੇ ਸਜੇ ਹਮ ਮੈਨੇ ਮੋਹ ਸੇ ਗਰੀਬ ਕਰੋੜ ਪਰੇ ਇਹ ਸੰਗਤ ਦਾ ਪਿਆਰ ਦੁਆਵਾਂ ਮੇਰੇ ਵਰਗੇ ਇਨਸਾਨ ਦੀ ਕੀ ਔਕਾਤ ਹੈ ਕਿ ਸਮੇਂ ਦੇ ਪਾਵਰਫੁੱਲ ਲੋਕਾਂ ਦਾ ਟਾਕਰਾ ਕਰ ਜੇ ਮੇਰੀ ਔਕਾਤ ਨਹੀਂ ਇਹ ਲੋਕਾਂ ਦੀਆਂ ਸੰਗਤ ਦੀਆਂ ਬਲੈਸਿੰਗ ਦੁਆਵਾਂ ਅਤੇ ਪਿਆਰ ਔਰ ਹੱਲਾਸ਼ੇਰੀ ਇੱਕ ਬਹੁਤ ਵੱਡੀ ਸ਼ਕਤੀ ਅਤੇ ਮੋਟੀਵੇਸ਼ਨ ਆ ਜਿਹੜਾ ਡੋਲਣ ਨਹੀਂ ਦਿੰਦਾ ਸਾਹਮਣੇ ਚਾਹੇ ਕਿਸੇ ਕੁਰਸੀ 'ਤੇ ਕੋਈ ਬੇਈਮਾਨ ਬਿਰਾਜਮਾਨ ਹੋਵੇ ਅਤੇ ਉੱਥੇ ਸੱਚ ਦਾ ਪਹਿਰਾ ਲਾ ਕੇ ਆਉਣਾ ਇਹਨਾਂ ਸਤਿਕਾਰਯੋਗ ਪੰਜਾਬੀਆਂ ਦੇ ਦੁਆਵਾਂ ਦੀ ਬਦੌਲਤ ਜਿਵੇਂ ਸਾਹਿਬ ਜੋ ਲੋਕ ਇਨਸਾਫ ਪਾਰਟੀ ਹੈ ਉਹ ਤੀਜਾ ਫਰੰਟ ਬਣਾਉਣ ਦੀ ਤਿਆਰੀ 'ਚ ਹੈ ਅਗਰ ਕਹਿ ਦਈਏ ਤਾਂ ਤੀਜਾ ਫਰੰਟ ਬਣ ਰਿਹਾ ਤੀਸਰੇ ਫਰੰਟ ਦੇ ਵਿੱਚ ਕੌਣ ਕੌਣ ਹੋਏਗਾ ਔਰ ਇਸ ਤੀਸਰੇ ਫਰੰਟ ਦਾ ਨਾਂ ਕੀ ਹੋਏਗਾ ਤੀਸਰੇ ਫਰੰਟ ਦੇ ਵਿੱਚ ਕੌਣ ਕੌਣ ਹੋਏਗਾ ਉਹ ਸੱਜਣ ਜਿਹੜੇ ਪੰਜਾਬ ਦੇ ਹਤੈਸ਼ੀ ਹੈ ਅਸੀਂ ਹਰ ਉਸ ਸੱਜਣ ਦੇ ਕੋਲ ਜਾਵਾਂਗੇ ਜਿਹੜਾ ਪੰਜਾਬ ਦਾ ਹਤੈਸ਼ੀ ਹੈ ਹਰ ਉਸ ਦਰਵਾਜ਼ੇ 'ਤੇ ਜਾਵਾਂਗੇ ਜਿਹਦੇ ਮਨ ਦੇ ਦਿਲ ਦੇ ਅੰਦਰ ਪੰਜਾਬ ਪ੍ਰਤੀ ਦਰਦ ਅਤੇ ਪਿਆਰ ਹੈ ਜਿਹਦੇ ਦਿਲ ਦੇ ਅੰਦਰ ਇੱਕ ਐਸੀ ਭਾਵਨਾ ਕਿ ਅਸੀਂ ਇਸ ਮਾਫੀਏ ਨੂੰ ਪੰਜਾਬ ਤੋਂ ਪਰੇ ਕਰਨਾ ਪੰਜਾਬ ਨੂੰ ਮਾਫੀਆ ਮੁਕਤ ਬਣਾਉਣਾ ਉਹਦੇ ਵਿੱਚ ਹਰ ਉਹ ਸੱਜਣ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤੁਸੀਂ ਦੂਜਾ ਸਵਾਲ ਕਰਨਾ ਬਾਗੀ ਕਾਲੀਆਂ ਦਾ ਮੈਨੂੰ ਪਤਾ ਮੈਂ ਤੁਹਾਨੂੰ ਉਸ ਸਵਾਲ ਦਾ ਜਵਾਬ ਵੀ ਦੇ ਦਿੰਦਾ ਹਰ ਉਹ ਸੱਜਣ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆ ਗਿਆ ਭੁੱਲਿਆ ਨਹੀਂ ਗਿਣਦੇ ਜੱਬੇ ਬਾਣ ਲੱਗ ਗਏ ਤਬੇ ਰੋਸ ਜਾਗਿਓ ਹਰ ਉਹ ਸੱਜਣ ਨੂੰ ਨਾਲ ਲੈ ਕੇ ਤੁਰਾਂਗੇ ਜੀ ਵੈਸੇ
ਇਹਦੇ ਵਿੱਚ ਸਾਡੇ ਜਿਹੜੇ ਗੱਲ ਕਰੀਏ ਤਾਂ ਸੁਖਪਾਲ ਸਿੰਘ ਖਹਿਰਾ ਜੀ ਜੋ ਆਮ ਆਦਮੀ ਪਾਰਟੀ ਤੋਂ ਨੇ, ਡਾਕਟਰ ਧਰਮਵੀਰ ਗਾਂਧੀ ਜੀ, ਇਸ ਵੇਲੇ ਤੁਹਾਡਾ ਇੱਕ ਸੰਗਠਿਤ ਗਰੁੱਪ ਹੈ ਜਿਹੜਾ ਉਹ ਬਣ ਰਿਹਾ, ਬਹੁਤ ਹੀ ਮਜ਼ਬੂਤ ਇੱਕ ਗਰੁੱਪ ਬਣ ਰਿਹਾ, ਪਰ ਇਹ 'ਚ ਲੀਡਰਸ਼ਿਪ ਕਿਹਦੇ ਕੋਲ ਹੋਏਗੀ, ਕਮਾਂਡ ਕੌਣ ਦੇਖੇਗਾ? ਲੀਡਰਸ਼ਿਪ ਰੌਲਾ ਉੱਥੇ ਪੈਂਦਾ ਕੁਰਸੀ ਦਾ ਜਿੱਥੇ ਕੁਰਸੀ ਧੰਦਾ ਬਣ ਜੇ, ਜਿੱਥੇ ਕੁਰਸੀ ਦੁਕਾਨਦਾਰੀ ਬਣ ਜੇ, ਫੈਕਟਰੀ ਅਤੇ ਮਿੱਲ ਬਣ ਜੇ, ਜਿੱਥੇ ਕੁਰਸੀ ਦੇਸ਼ ਭਗਤੀ ਹੋਵੇ ਨਾ, ਜਿੱਥੇ ਕੁਰਸੀ ਬੇਈਮਾਨਾਂ ਦੇ ਲੜਨ ਦਾ ਇੱਕ ਚੈਲੇਂਜ ਅਤੇ ਸੰਘਰਸ਼ ਦਾ ਨਾਮ ਰਾਜਨੀਤੀ ਹੋਵੇ, ਉੱਥੇ ਕੁਰਸੀ ਦੇ ਪਿੱਛੇ ਲੜਾਈ ਨਹੀਂ। ਲੀਡਰ ਖਹਿਰਾ ਬਣ ਜੇ, ਬੈਂਸ ਬਣ ਜੇ, ਗਾਂਧੀ ਸਾਹਿਬ ਬਣ ਜਾਣ, ਲੀਡਰ ਕੋਈ ਬਣ ਜੇ, ਕੋਈ ਰੌਲਾ ਹੀ ਨਹੀਂ ਹੈਗਾ ਸਾਡਾ। ਰੌਲਾ ਉਹਨਾਂ ਨੂੰ ਆ ਜਿਹੜੇ ਰਾਜਨੀਤੀ ਦਾ ਧੰਦਾ ਕਰਦੇ। ਰਣਜੀਤ ਸਿੰਘ ਬ੍ਰਹਮਪੁਰਾ ਜੀ, ਸੇਵਾ ਸਿੰਘ ਸੇਖਵਾਂ ਜੀ ਦੀ ਗੱਲ ਕਰੀਏ, ਰਤਨ ਸਿੰਘ ਅਜਨਾਲਾ, ਉਹ ਤੁਹਾਡੇ ਕੋਲ ਆਉਣਗੇ ਕਿ ਤੁਸੀਂ ਉਹਨਾਂ ਕੋਲ ਚੱਲ ਕੇ ਜਾਓ? ਮੇਰੇ ਵੱਡੇ ਨੇ, ਸਤਿਕਾਰਯੋਗ ਨੇ ਯਾਰ, ਬਜ਼ੁਰਗ ਹੈਗੇ ਆ ਉਹ, ਉਹਨਾਂ ਕੋਲ ਬਹੁਤ ਵੱਡਾ ਤਜਰਬਾ। ਮੈਂ ਤਾਂ ਪਹਿਲਾਂ ਕਹਿ ਕੇ ਹਟਿਆ ਕਿ ਬੈਂਸ ਹਰ ਉਸ ਦਰਵਾਜ਼ੇ 'ਤੇ ਜਾਊਗਾ ਜਿਹੜਾ ਪੰਜਾਬ ਲਈ ਦਿਲ ਦੇ ਵਿੱਚ ਦਰਦ ਰੱਖਦਾ ਹੋਊਗਾ। ਜੀ ਜੀ ਜੀ, 8 ਦਸੰਬਰ ਨੂੰ ਸ਼ਕਤੀ ਪ੍ਰਦਰਸ਼ਨ ਸਮਝੀਏ ਤੁਹਾਡਾ? ਨਹੀਂ, ਇਹ ਇਨਸਾਫ ਮਾਰਚ, ਕੋਈ ਸ਼ਕਤੀ ਪ੍ਰਦਰਸ਼ਨ ਨਹੀਂ, ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ। ਗੁਰੂ ਗ੍ਰੰਥ ਸਾਹਿਬ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ, ਬਰਗਾੜੀ ਦੇ ਵਿੱਚ ਨਹੱਤੀ ਸੰਗਤ ਦੇ ਉੱਤੇ ਜਨਰਲ ਡਾਇਰ ਬਣ ਕੇ ਗੋਲੀਆਂ ਚਲਾਉਣ ਵਾਲੇ ਲੋਕਾਂ ਨੂੰ ਸਜ਼ਾਵਾਂ ਵਾਸਤੇ, ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਰੋਕਣ ਵਾਸਤੇ, ਪੰਜਾਬ ਦਾ ਯੂਥ ਬੇਰੁਜ਼ਗਾਰ ਤੁਰਿਆ ਫਿਰਦਾ, ਉਹੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਹਰ ਘਰ ਦੇ ਵਿੱਚ ਨੌਕਰੀਆਂ ਵੰਡਦੇ ਸੀ ਇਹ ਵਾਅਦੇ ਯਾਦ ਕਰਾਉਣ ਵਾਸਤੇ। ਦਲਿਤ ਦਾ ਹਾਲ ਕੀ ਅੱਜ ਪਿੰਡਾਂ ਦੇ ਅੰਦਰ, ਦਲਿਤ ਬੇਜ਼ਮੀਨੇ ਵਿਚਾਰੇ ਲੋਕ, ਮਿਹਨਤਕਸ਼ ਲੋਕ ਅੱਜ ਖੁਦਕੁਸ਼ੀਆਂ ਦੇ ਰਸਤੇ 'ਤੇ ਪਏ ਆ। ਇਹਨਾਂ ਗੱਲਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਨਸਾਫ ਮਾਰਚ 8 ਤਰੀਕ ਤੋਂ ਤਲਵੰਡੀ ਸਾਬੋ ਤੋਂ 10 ਵਜੇ ਸਟਾਰਟ ਹੋ ਕੇ 16 ਤਰੀਕ ਮਹਿਲਾਂ ਵਾਲੇ ਸ਼ਹਿਰ ਪਟਿਆਲੇ ਦੇ ਵਿੱਚ ਸਮਾਪਤੀ ਕਰਾਂਗੇ। ਬਹੁਤ ਵੱਡਾ ਇਕੱਠ ਹੋਏਗਾ ਲਾਮਸਾਰ। ਜੀ ਜੀ ਜੀ, ਬਿਲਕੁਲ ਬਹੁਤ ਵੱਡਾ ਇਕੱਠ ਹੋਏਗਾ, ਉਹ ਨਿਰਣਾਇਕ ਕੋਈ ਫੈਸਲਾ ਵੀ ਹੋਏਗਾ ਉੱਥੇ ਕਿ ਜਾਂ ਇਕੱਠ ਵਿਖਾਉਣਾ, ਸਰਕਾਰ ਨੂੰ ਚਿਤਾਉਣਾ ਔਰ ਆਪਣੇ ਸ਼ਕਤੀ ਪ੍ਰਦਰਸ਼ਨ ਦੇ ਨਾਲ ਜੋ ਤੀਸਰਾ ਬਦਲ ਹੈ ਉਹਨੂੰ ਦਾਅਵੇ ਪੱਕੇ ਕਰਨੇ ਨੇ? ਇਹਨੂੰ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਜੋ ਮਰਜ਼ੀ ਕਹਿ ਸਕਦੇ ਹੋ, ਆਵਾਜ਼ ਖਲਕ ਨਗਾੜਾ ਇੱਕੋ ਦਾ, ਜਿੱਥੇ ਖਲਕ ਇਕੱਠਾ ਹੋ ਜਾਂਦਾ ਨਾ ਅਤੇ ਫਿਰ ਉਹ ਗੁਰੂ ਦੀ ਆਵਾਜ਼ ਬਣ ਜਾਂਦਾ ਜੀ। ਅਤੇ ਜਿੱਥੇ ਤੁਸੀਂ ਆਉਂਦੀ ਆਵਾਜ਼ ਬਣ ਜੀ, ਜਿੱਥੇ ਮੈਂ ਸਾਹਿਬ ਬਾਕੀ ਲੀਡਰਾਂ ਦੀ ਗੱਲ ਕੀਤੀ ਤਾਂ ਬਰਗਾੜੀ ਦੀ ਗੱਲ ਕਰਾਂ ਤਾਂ ਬਰਗਾੜੀ ਮੋਰਚੇ ਤੋਂ ਸ਼ੁਰੂਆਤ ਹੋ ਸਕਦੀ, ਯਾਨੀ ਕਿ ਬਰਗਾੜੀ ਮੋਰਚੇ 'ਚ ਬੈਠੇ ਜਿਹੜੇ ਸਿੰਘ ਸਾਹਿਬਾਨ ਨੇ, ਕਿ ਉਹਨਾਂ ਦੀ ਵੀ ਰਹਿਨੁਮਾਈ ਤੁਹਾਨੂੰ ਮਿਲੇਗੀ, ਕਿ ਉਹਨਾਂ ਦੀ ਸਪੋਰਟ ਲਓਗੇ ਕਿ ਜਾਂ ਉਹਨਾਂ ਨੂੰ ਸਿਰਫ ਰਾਜਨੀਤਿਕ ਫਾਇਦੇ ਵਾਸਤੇ ਵਰਤ ਰਹੇ? ਨਹੀਂ, ਅਸੀਂ ਕਦੇ ਉਹਨਾਂ ਨੂੰ ਨਾ ਅਸੀਂ ਆਪਣੇ ਰਾਜਨੀਤਿਕ ਫਾਇਦੇ ਵਾਸਤੇ, ਜਿਹੜਾ ਗੁਰੂ ਗ੍ਰੰਥ ਸਾਹਿਬ ਲਈ ਰਾਜਨੀਤੀ ਕਰੇਗਾ ਨਾ ਉਹ ਦੋਜਕ ਦਾ ਭਾਗੀਦਾਰ ਹੋਏਗਾ। ਉਹ ਸਤਿਕਾਰਯੋਗ ਸੱਜਣ ਜਿਨ੍ਹਾਂ ਦਾ ਬਹੁਤ ਵੱਡਾ ਇੱਕ ਸੈਕਰੀਫਾਈਸ ਆ, ਮੇਰਾ ਖਿਆਲ 250 ਦਿਨ ਹੋ ਗਏ ਉਹਨਾਂ ਨੂੰ, 180 ਦੇ ਕਰੀਬ ਦਿਨ ਹੋ ਗਏ, ਅਤੇ ਉਹਨਾਂ ਦਾ ਧਾਰਮਿਕ ਰਸਤਾ ਜਿਹੜੇ ਰਸਤੇ 'ਤੇ ਉਹ ਤੁਰੇ ਆ, ਅਸੀਂ ਉਸ ਇਨਸਾਫ ਮੋਰਚਾ ਲੱਗਿਆ ਅਤੇ ਇਹ ਇਨਸਾਫ ਮਾਰਚ ਹੈ, ਉਸ ਮੋਰਚੇ ਨੂੰ ਸ਼ਕਤੀ ਦੇਣ ਵਾਸਤੇ ਆ, ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਵਾਸਤੇ, ਸਜ਼ਾਵਾਂ ਦਿਵਾਉਣ ਵਾਸਤੇ। ਇਹ ਜੋ ਸਮਾਂ ਕੋਈ ਤੈਅ ਹੋਏਗਾ, ਸੀਮਾ ਤੈਅ ਹੋਏਗੀ, ਕੋਈ ਦਿਸ਼ਾ ਔਰ ਦਸ਼ਾ ਤੈਅ ਹੋਏਗੀ ਉਸ ਦਿਨ ਕਿ ਜਾਂ ਫਿਰ ਉਸੇ ਤਰੀਕੇ ਦੇ ਨਾਲ ਫਿਰ ਅਗਲਾ ਜਿਹੜਾ ਐਲਾਨ ਕਰ ਦਿੱਤਾ ਜਾਏਗਾ ਕਿ ਹੁਣ ਅਗਲੀ ਰੈਲੀ ਜਿਹੜੀ ਇੰਨੀ ਤੈਅ ਹੋਏਗੀ, ਦਸ਼ਾ ਵੀ ਤੈਅ ਹੋਏਗੀ, ਫਿਕਰ ਨਾ ਕਰੋ ਤੁਸੀਂ 16 ਤਰੀਕ ਆ ਲੈਣ ਦੇ। ਜੀ ਬੈਂਸ ਸਾਹਿਬ, ਬਿਲਕੁਲ ਦੋ ਸਵਾਲ ਸਿਰਫ ਹੋਰ ਨੇ, ਤੁਸੀਂ ਉਹਨਾਂ ਦਾ ਜਵਾਬ ਦੇ ਕੇ ਫਿਰ ਅਸੀਂ ਵੀ ਤੁਹਾਨੂੰ ਇਜਾਜ਼ਤ ਦੇ ਦਿੰਦੇ ਹਾਂ। ਬੈਂਸ ਸਾਹਿਬ, ਗੱਲ ਕਰੀਏ ਆਪਾਂ ਜੋ ਇਸ ਵੇਲੇ ਸਿੱਧੂ ਦੀ, ਨਵਜੋਤ ਸਿੰਘ ਸਿੱਧੂ ਦੀ, ਉਹ ਪਾਕਿਸਤਾਨ ਜਾਂਦੇ ਨੇ, ਪਾਕਿਸਤਾਨ ਇੱਕ ਜੱਫੀ ਪਾ ਕੇ ਆਉਂਦੇ ਨੇ ਅਤੇ 3 ਮਹੀਨੇ ਬਾਅਦ ਉਸ ਜੱਫੀ ਦਾ ਰਿਜ਼ਲਟ ਆ ਜਾਂਦਾ, ਪਾਕਿਸਤਾਨ ਤੋਂ ਸਾਨੂੰ ਕਰਤਾਰਪੁਰ ਸਾਹਿਬ ਦਾ ਰਸਤਾ ਮਿਲ ਜਾਂਦਾ, ਜਿੱਥੇ ਪੂਰਾ ਆਵਾਮ ਚਾਹੇ ਪਾਕਿਸਤਾਨ ਦਾ ਚਾਹੇ ਹਿੰਦੁਸਤਾਨ ਦਾ ਸਿੱਧੂ ਨੂੰ ਪਲਕਾਂ 'ਤੇ ਬਿਠਾ ਰਿਹਾ, ਉੱਥੇ ਹੀ ਅਕਾਲੀ ਦਲ ਵਾਲੇ, BJP ਵਾਲੇ ਔਰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ 'ਤੇ ਬੜੇ ਤਿੱਖੇ ਨਿਸ਼ਾਨੇ ਲਾ ਰਹੇ ਨੇ, ਕਿਉਂ? ਉਹ ਇਸ ਕਰਕੇ ਆ, ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸੀ ਅਤੇ ਉਹ ਪਾਕਿਸਤਾਨ ਗਏ ਸੀ, ਉਹ ਆਪਣੀ ਪਾਕਿਸਤਾਨ ਫੇਰੀ ਦੌਰਾਨ ਉੱਥੋਂ ਦੁੰਬੇ ਲਏ ਭੇਡੂ, ਫਿਰ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ, ਉਹ ਗਏ ਪਾਕਿਸਤਾਨ ਦੇ ਵਿੱਚ ਅਤੇ ਉਹ ਇੱਕ ਪਾਕਿਸਤਾਨ ਦੀ ਔਰਤ ਰੂਸ ਆਲਮ ਲਏ, ਅਤੇ ਜੇ ਸਿੱਧੂ ਗਿਆ ਅਤੇ ਸਿੱਧੂ ਬਾਬੇ ਨਾਨਕ ਦੇ ਪਵਿੱਤਰ ਘਰ ਦਾ ਰਸਤਾ ਮੰਗਣ ਵਾਸਤੇ। ਮੈਂ ਧੰਨਵਾਦ ਕਰਦਾ ਸੁਰਗਵਾਸੀ ਸਰਦਾਰ ਕੁਲਦੀਪ ਸਿੰਘ ਬਡਾਲਾ ਹੋਣਾ ਦਾ, ਜਿਹੜੇ 208 ਵਾਰ ਹਰ ਮੱਸਿਆ ਦੇ ਉੱਤੇ 208 ਵਾਰ ਸੰਗਤ ਨੂੰ ਨਾਲ ਲੈ ਕੇ ਅਰਦਾਸ ਬੇਨਤੀਆਂ ਕਰਦੇ ਰਹੇ। ਮੈਂ ਗੁਰੂ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ, ਕਿਸੇ ਜ਼ਰੀਏ ਹੋ ਗਿਆ, ਬਹੁਤ ਧੰਨਵਾਦ। ਪਰ ਉਹ ਲੋਕ ਕੁੱਕੜ ਖੇਡ ਆਈ ਅਤੇ ਆਪਣੇ ਸਿਰ 'ਚ ਪਾਈ ਆ, ਸਟੇਜ ਲੱਗੀ ਸੀ ਨਾ ਅੰਮ੍ਰਿਤਸਰ ਦੇ ਵਿੱਚ ਉਦਘਾਟਨੀ ਸਮਾਰੋਹ ਵੇਲੇ, ਕਾਂਗਰਸ ਅਤੇ ਅਕਾਲੀਆਂ ਨੇ ਕੈਸਾ ਜਲੂਸ ਕੱਢਿਆ ਉੱਥੇ, ਕ੍ਰੈਡਿਟ ਵਾਰ,
ਸ਼ਰਮ ਆਉਣੀ ਚਾਹੀਦੀ ਹੈ। ਇੱਕ ਐਡੇ ਮਹਾਨ ਪਵਿੱਤਰ ਕਾਜ ਵਾਸਤੇ ਵੀ ਤੁਸੀਂ ਰਾਜਨੀਤੀ ਕਰਦੇ ਹੋ, ਐਡੂ ਵੱਡੀ ਕੋਈ ਗਿਰਾਵਟ ਹੋ ਸਕਦੀ ਹੈ ਤੁਹਾਡੇ ਅੰਦਰ? ਹੋਰ ਮੁੱਦੇ ਹੈ ਨਹੀਂ ਰਾਜਨੀਤੀ ਕਰਨ ਵਾਸਤੇ, ਤੁਸੀਂ ਇਸ ਮੁੱਦੇ ਨੂੰ ਤਾਂ ਕਮ ਸੇ ਕਮ ਸਪੇਅਰ ਕਰ ਦਿਓ। ਸੋ ਜਿਸ ਸਿੱਧੂ ਦੇ ਉੱਪਰ ਜੋ ਇਲਜ਼ਾਮ ਲੱਗ ਰਹੇ ਸੀ ਗੱਦਾਰੀ ਦੇ, ਦੇਸ਼ ਧਰੋਹੀ ਦੇ, ਜੋ ਇਲਜ਼ਾਮ ਲਗਾਉਣ ਵਾਲੇ ਸੀ, ਅਤੇ ਅੱਜ ਉਹੀ ਉਸੇ ਪਾਕਿਸਤਾਨ 'ਚ ਜਾ ਕੇ ਪ੍ਰੋਗਰਾਮ 'ਚ ਸ਼ਾਮਿਲ ਹੋਏ, ਕੀ ਕਹਿਣਾ ਚਾਹੋ? ਸੋ ਡਬਲ ਸਟੈਂਡਰਡ ਹੈਗਾ, ਚਾਹੇ ਉਹ ਬਾਦਲ ਆ ਚਾਹੇ ਉਹ ਕੈਪਟਨ ਆ, ਇਹ ਦੋ ਮੁਹੀਏ ਹੈਗੇ, ਦੋ ਮੁਹੀਏ ਲੋਕ ਨੇ। ਇਹ ਆਪਣੀ ਸਹੂਲਤ ਅਨੁਸਾਰ, ਆਪਣੇ ਹਿੱਤ ਅਨੁਸਾਰ ਕੋਈ ਵੀ ਗੱਲ ਕਿਤੇ ਵੀ ਕਹਿ ਸਕਦੇ। ਅੱਜ ਉਹੀ ਬਾਦਲ ਮੁੱਦਾਹੀਣ ਹੋ ਗਏ, ਲਾਸ਼ਾਂ ਦੇ ਢੇਰਾਂ 'ਤੇ ਖੜ੍ਹ ਕੇ ਰਾਜਨੀਤੀ ਕਰਦੇ ਆ, ਚਾਹੇ ਉਹ ਰੇਲ ਕਾਂਡ ਹੋਵੇ, ਦੁਰਘਟਨਾ ਹੋਈ ਦੁਸਹਿਰੇ ਵਾਲੇ ਦਿਨ, ਅਤੇ ਚਾਹੇ ਉਹ ਅੰਮ੍ਰਿਤਸਰ ਬੰਬ ਕਾਂਡ ਹੋਵੇ ਜਿਹੜਾ ਸਰਕਾਰ ਦੀਆਂ ਏਜੰਸੀਆਂ ਨੇ ਸਰਕਾਰ ਦੇ ਇਸ਼ਾਰਿਆਂ 'ਤੇ ਕੀਤਾ, ਕਿਸੇ ਖੜਕੂ ਜਥੇਬੰਦੀ ਦਾ ਨਹੀਂ। ਕੌਣ ਕਰਕੇ ਗਿਆ? ਫੁਟੇਜ ਸਾਹਮਣੇ ਆ ਗਈ ਅਤੇ ਫੜ ਕੌਣ ਲਿਆ? ਸਾਰੀ ਗੱਲ ਆ ਗਈ ਨਾ ਸਾਹਮਣੇ। ਪੰਜਾਬ ਦੇ ਅੰਦਰ ਸ਼ਹਿਰੀ ਵਪਾਰੀ ਅਤੇ ਹਿੰਦੂ ਨੂੰ ਡਰਾਉਣ ਵਾਸਤੇ ਇਹ ਗਿਰਗਿਟ ਵਾਂਗੂ ਰੰਗ ਬਦਲੀ ਕਰ। ਸਰ, ਜੋ ਇਸ ਵੇਲੇ ਨਵਜੋਤ ਸਿੰਘ ਸਿੱਧੂ ਹੈ, ਤੁਹਾਨੂੰ ਉਹਦੇ ਨਾਲ ਕਿੱਦਾਂ ਦੀ ਹਮਦਰਦੀ ਹੈ? ਕੀ ਤੁਸੀਂ ਖੁੱਲ੍ਹ ਕੇ ਉਹਦਾ ਸਪੋਰਟ ਕਰਦੇ ਹੋ? ਹਮਦਰਦੀ, ਉਹ ਕਿਹੜਾ ਬਿਮਾਰ ਆ, ਮੇਰੀ ਹਮਦਰਦੀ ਆ, ਸਪੋਰਟ ਕਰਦੇ ਜੋ ਉਹਦੇ ਨਾਲ ਹਾਲਾਤ ਨੇ। ਮੈਂ ਸਿੱਧੂ ਦੀ ਸਪੋਰਟ ਨਹੀਂ ਕਰਦਾ, ਮੈਂ ਇਮਾਨਦਾਰੀ ਦੀ ਸਪੋਰਟ ਕਰਦਾ, ਮੈਂ ਦੇਸ਼ ਭਗਤੀ ਦੀ ਸਪੋਰਟ ਕਰਦਾ, ਮੈਂ ਸੰਗਤ ਦੇ ਸੇਵਾ ਦੇ ਕਾਜ ਦੀ ਸਪੋਰਟ ਕਰਦਾ, ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ। ਸੋ ਭਾਈ ਸਾਹਿਬ, ਜੋ ਆਮ ਆਦਮੀ ਪਾਰਟੀ ਹੈ ਉਹ ਆਰੋਪ ਜੋ ਤੁਹਾਡੇ ਉੱਪਰ ਇੱਕ ਬੜਾ ਜ਼ਬਰਦਸਤ ਲਗਾ ਰਹੀ ਹੈ ਕਿ ਇਹਨਾਂ ਨੇ ਸਾਡੀ ਪਾਰਟੀ ਨੂੰ ਸਾਨੂੰ ਉੱਥੇ ਆਪ ਤੋਂ ਨਹੀਂ ਜਾਂਦਾ ਫਿੱਟੇ ਮੂੰਹ ਗੋਡਿਆਂ ਦਾ। ਹੁਣ ਬੈਂਸ ਕਰਕੇ ਧਰਮਵੀਰ ਗਾਂਧੀ ਤਾਂ ਨਹੀਂ ਸੀ ਗਿਆ, ਬੈਂਸ ਕਰਕੇ ਹਰਿੰਦਰ ਖਾਲਸਾ ਨਹੀਂ ਸੀ ਗਏ, ਬੈਂਸ ਕਰਕੇ ਛੋਟੇਪੁਰ ਨਹੀਂ ਸੀ ਗਿਆ, ਘੁੱਗੀ ਨਹੀਂ ਸੀ ਗਿਆ, ਬੈਂਸ ਕਰਕੇ ਦਿੱਲੀ ਦੇ ਕਿੱਡੇ ਕਦਾਵਰ ਲੀਡਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਚਲੇ ਗਏ। ਹੁਣ ਉਹ ਬੈਂਸ 'ਤੇ ਐਵੇਂ ਖਾਮ ਖਾਈ ਦੋਸ਼ ਲਾਈ ਜਾਣ ਤਾਂ ਉਹਨਾਂ ਦੀ ਮਰਜ਼ੀ। ਪਾਰਟੀ ਦਾ ਨਾਂ ਲੋਕ ਇਨਸਾਫ਼ ਪਾਰਟੀ ਰਹੇਗਾ ਕਿ ਕੁਛ ਹੋਰ ਹੋਏ? ਬਿਲਕੁਲ ਲੋਕ ਇਨਸਾਫ਼ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ ਜੀ। ਇਹ ਸਨ ਬੈਂਸ ਸਾਹਿਬ, ਇਹ ਸਨ ਸਾਡੇ ਨਾਲ, ਇਹ ਸਨ ਸਾਡੇ ਨਾਲ ਸਿਮਰਜੀਤ ਸਿੰਘ ਬੈਂਸ, ਜਿਨ੍ਹਾਂ ਦਾ ਕਹਿਣਾ ਹੈਗਾ ਕਿ ਸਿਮਰਨਜੀਤ ਸਿੰਘ ਬੈਂਸ ਜਿਨ੍ਹਾਂ ਨੇ ਇਹ ਗੱਲ ਬੜੀ ਕਲੀਅਰ ਕਰ ਦਿੱਤੀ ਹੈ ਕਿ ਆਵਾਜ਼ੇ ਖਲਕ ਨਗਾਰੇ ਖੁਦਾ, ਜੋ 8 ਦਸੰਬਰ ਨੂੰ ਜੋ ਤਲਵੰਡੀ ਸਾਬੋ ਤੋਂ ਇੱਕ ਰੈਲੀ ਜਿਹੜੀ ਹੈ ਉਹ ਕੱਢੀ ਜਾ ਰਹੀ ਹੈ, ਸ਼ਕਤੀ ਪ੍ਰਦਰਸ਼ਨ ਹੀ ਹੋਏਗਾ ਇੱਕ ਕਿਸਮ ਦਾ, ਔਰ ਜੋ ਜਨਤਾ ਦਾ ਫੈਸਲਾ ਹੋਏਗਾ ਉਹੀ ਫੈਸਲਾ ਜਿਹੜਾ ਸਿਮਰਨਜੀਤ ਸਿੰਘ ਬੈਂਸ ਜਿਹੜੇ ਨੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਉਹਨਾਂ ਦਾ ਹੋਏਗਾ। ਔਰ ਉਹਨਾਂ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਹਿਤੈਸ਼ੀ ਜੋ ਵੀ ਪਾਰਟੀ ਦਾ, ਕਿਸੇ ਵੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਹੋਵੇ, ਚਾਹੇ ਉਹ ਬਾਗੀ ਅਕਾਲੀ ਦਲ ਤੋਂ ਅਕਾਲੀ ਲੀਡਰ ਹੋਣ ਜਾਂ ਕਿਸੇ ਹੋਰ ਪਾਰਟੀ ਦੇ ਬਾਗੀ ਲੀਡਰ ਹੋਣ, ਉਹਨਾਂ ਦਾ ਕਹਿਣਾ ਕਿ ਜੋ ਪੰਜਾਬ ਦਾ ਭਲਾ ਚਾਹੁੰਦਾ ਉਹਨਾਂ ਦੇ ਕੋਲ ਆਪ ਜਾ ਕੇ ਉਹਨਾਂ ਦੇ ਕੋਲੋਂ ਮਦਦ ਮੰਗਣਗੇ, ਔਰ ਪੰਜਾਬ ਦੇ ਵਿੱਚ ਤੀਜਾ ਫਰੰਟ ਬਣਾ ਕੇ ਇੱਕ ਐਸੀ ਸਰਕਾਰ ਦੇਣਗੇ ਜੋ ਨਾਇਕ ਫਿਲਮ ਦੇ ਵਾਂਗ ਕੰਮ ਕਰੇ। ਸੋ ਦਿਓ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ 'ਚ ਅਕਾਲ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ, ਅਤੇ ਮੈਂ ਹਾਂ ਰਿਸ਼ਪਾਲ ਸਿੰਘ। ਪਿਛਲੇ ਬਹੁਤ ਲੰਬੇ ਅਰਸੇ ਤੋਂ ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਦਾ ਸਿੱਕਾ ਚੱਲ ਰਿਹਾ, ਬਹੁਤ ਇਨਕਲਾਬੀ ਲੀਡਰ ਜਿਹੜੇ ਨੇ ਉਹ ਆਏ ਔਰ ਉਹਨਾਂ ਨੇ ਆਣ ਕੇ ਪੰਜਾਬ ਦੇ ਵਿੱਚ ਤੀਜਾ ਬਦਲ ਦੇਣ ਦੀ ਕੋਸ਼ਿਸ਼ ਕੀਤੀ। ਭਾਵੇਂ ਉਹਨਾਂ ਦੇ ਵਿੱਚ ਮਨਪ੍ਰੀਤ ਬਾਦਲ ਸੀ, ਚਾਹੇ ਸਿਮਰਨਜੀਤ ਸਿੰਘ ਮਾਨ ਸੀ, ਚਾਹੇ ਰਾਮੂ ਵਾਲੀਆ ਸੀ, ਲੇਕਿਨ ਉਹ ਕਾਮਯਾਬ ਨਹੀਂ ਹੋ ਸਕੇ। 2017 ਦੀਆਂ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਕਾਮਯਾਬ ਹੁੰਦੀ ਰਹਿ ਗਈ, ਲੇਕਿਨ ਉਹਦੇ ਬਾਅਦ ਹੁਣ ਫਿਰ, ਕਿਉਂਕਿ ਪੰਜਾਬ ਦੀ ਨਬਜ਼ ਨੂੰ ਟਟੋਲਦੇ ਹੋਏ, ਪਛਾਣਦੇ ਹੋਏ ਸਿਮਰਨਜੀਤ ਸਿੰਘ ਬੈਂਸ, ਉਹਨਾਂ ਨੂੰ ਲੱਗਦਾ ਕਿ ਪੰਜਾਬ ਤੀਸਰੇ ਬਦਲ ਦੀ ਉਡੀਕ ਵਿੱਚ ਹੈ ਔਰ ਇਹ ਕੀ ਉਹਨਾਂ ਦੀ ਉਮੀਦ 'ਤੇ ਖਰਾ ਉਤਰਨਗੇ। ਅਸੀਂ ਇਹਨਾਂ ਦੇ ਨਾਲ ਹੀ ਗੱਲ ਕਰਦੇ, ਸਰਦਾਰ ਸਿਮਰਜੀਤ ਸਿੰਘ ਜੀ ਬੈਂਸ ਸਾਹਿਬ ਜੀ ਦਾ ਅਕਾਲ ਚੈਨਲ 'ਤੇ ਸਵਾਗਤ ਹੈ ਜੀ, ਗੁਰਫਤਿਹ ਦੀ ਸਾਂਝ ਪਾਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋ ਜਿਕਾ ਰੰਗ ਜਾਵੇ ਸੋ ਲਿਆਰ ਹੋ ਜਾਵੇ ਅਕਾਲ ਪੁਰਖ ਨੂੰ ਪਾਵ। ਸਰਦਾਰ ਸਿਮਰਨਜੀਤ ਸਿੰਘ ਜੀ, ਸਰਦਾਰ ਸਿਮਰਨਜੀਤ ਸਿੰਘ ਜੀ ਬੈਂਸ ਸਾਡੇ ਨਾਲ ਨੇ। ਬੈਂਸ ਸਾਹਿਬ, ਲੋਕ ਇਨਸਾਫ਼ ਪਾਰਟੀ ਦੇ ਨਾਲ ਆਪ ਜੀ ਨੇ ਪੰਜਾਬ 'ਚ ਆਗਾਜ਼ ਕੀਤਾ, ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ। ਸ਼ਾਇਦ ਇੰਨੀ ਪਾਪੂਲੈਰਿਟੀ ਕਿਸੇ ਹੋਰ ਲੀਡਰ ਦੇ ਨਸੀਬ 'ਚ ਨਹੀਂ ਹੋਈ, ਜਿੰਨੀ ਪਾਪੂਲੈਰਿਟੀ ਜਿਹੜੀ ਹੈ ਆਪ ਜੀ ਨੂੰ ਮਿਲੀ ਹੈ, ਇਹਦਾ ਕੀ ਕਾਰਨ ਹੈ? ਇਹਨੇ ਕੀ ਕਿਰਪਾ ਸੇ ਸਜੇ ਹਮ ਨੇ ਮੋਹ ਸੇ ਗਰੀਬ ਕਰੋੜ ਪਰੇ। ਇਹ ਸੰਗਤ ਦਾ ਪਿਆਰ, ਦੁਆਵਾਂ, ਮੇਰੇ ਵਰਗੇ ਇਨਸਾਨ ਦੀ ਕੀ ਔਕਾਤ ਆ ਕਿ ਸਮੇਂ ਦੇ ਪਾਵਰਫੁੱਲ ਲੋਕਾਂ ਦਾ ਟਾਕਰਾ ਕਰ ਜੇ? ਮੇਰੀ ਔਕਾਤ ਨਹੀਂ, ਇਹ ਲੋਕਾਂ ਦੀਆਂ, ਸੰਗਤ ਦੀਆਂ ਬਲੈਸਿੰਗ, ਦੁਆਵਾਂ ਅਤੇ ਪਿਆਰ ਔਰ ਹੱਲਾਸ਼ੇਰੀ ਇੱਕ ਬਹੁਤ ਵੱਡੀ ਸ਼ਕਤੀ ਅਤੇ ਮੋਟੀਵੇਸ਼ਨ ਆ ਜਿਹੜਾ ਡੋਲਣ ਨਹੀਂ ਦਿੰਦਾ।
ਸਾਹਮਣੇ ਚਾਹੇ ਕਿਸੇ ਕੁਰਸੀ 'ਤੇ ਕੋਈ ਬੇਈਮਾਨ ਬਿਰਾਜਮਾਨ ਹੋਵੇ ਅਤੇ ਉੱਥੇ ਸੱਚ ਦਾ ਪਹਿਰਾ ਲਾ ਕੇ ਆਉਣਾ, ਇਹਨਾਂ ਸਤਿਕਾਰਯੋਗ ਪੰਜਾਬੀਆਂ ਦੇ ਦੁਆਵਾਂ ਦੀ ਬਦੌਲਤ। ਜਵੈ ਸਾਹਿਬ, ਜੋ ਲੋਕ ਇਨਸਾਫ ਪਾਰਟੀ ਹੈ ਉਹ ਤੀਜਾ ਫਰੰਟ ਬਣਾਉਣ ਦੀ ਤਿਆਰੀ 'ਚ ਹੈ, ਅਗਰ ਕਹਿ ਦਈਏ ਤਾਂ ਤੀਜਾ ਫਰੰਟ ਬਣ ਰਿਹਾ, ਤੀਸਰੇ ਫਰੰਟ ਦੇ ਵਿੱਚ ਕੌਣ ਕੌਣ ਹੋਏਗਾ ਔਰ ਇਸ ਤੀਸਰੇ ਫਰੰਟ ਦਾ ਨਾਂ ਕੀ ਹੋਏਗਾ? ਤੀਸਰੇ ਫਰੰਟ ਦੇ ਵਿੱਚ ਕੌਣ ਕੌਣ ਹੋਏਗਾ? ਉਹ ਸੱਜਣ ਜਿਹੜੇ ਪੰਜਾਬ ਦੇ ਹਿਤੈਸ਼ੀ ਹੈ, ਅਸੀਂ ਹਰ ਉਸ ਸੱਜਣ ਦੇ ਕੋਲ ਜਾਵਾਂਗੇ ਜਿਹੜਾ ਪੰਜਾਬ ਦਾ ਹਿਤੈਸ਼ੀ ਹੈ, ਹਰ ਉਸ ਦਰਵਾਜ਼ੇ 'ਤੇ ਜਾਵਾਂਗੇ ਜਿਹਦੇ ਮਨ ਦੇ ਦਿਲ ਦੇ ਅੰਦਰ ਪੰਜਾਬ ਪ੍ਰਤੀ ਦਰਦ ਅਤੇ ਪਿਆਰ ਹੈ, ਜਿਹਦੇ ਦਿਲ ਦੇ ਅੰਦਰ ਇੱਕ ਐਸੀ ਭਾਵਨਾ ਕਿ ਅਸੀਂ ਇਸ ਮਾਫੀਏ ਨੂੰ ਪੰਜਾਬ ਤੋਂ ਪਰੇ ਕਰਨਾ, ਪੰਜਾਬ ਨੂੰ ਮਾਫੀਆ ਮੁਕਤ ਬਣਾਉਣਾ, ਉਹਦੇ ਵਿੱਚ ਹਰ ਉਹ ਸੱਜਣ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜਾਏ। ਤੁਸੀਂ ਦੂਜਾ ਸਵਾਲ ਕਰਨਾ ਬਾਗੀ ਅਕਾਲੀਆਂ ਦਾ, ਮੈਨੂੰ ਪਤਾ ਮੈਂ ਤੁਹਾਨੂੰ ਉਸ ਸਵਾਲ ਦਾ ਜਵਾਬ ਵੀ ਦੇ ਦਿੰਦਾ। ਹਰ ਉਹ ਸੱਜਣ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਵਾਪਸ ਆ ਗਿਆ, ਭੁੱਲਿਆ ਨਹੀਂ ਗਿਣਦੇ, ਜੱਬੇ ਬਾਣ ਲੱਗ ਗਿਓ ਤਬੇ ਰੋਸ ਜਾਗਿਓ, ਹਰ ਉਹ ਸੱਜਣ ਨੂੰ ਨਾਲ ਲੈ ਕੇ ਤੁਰਾਂਗੇ ਜੀ। ਵੈ ਸਾਹਿਬ, ਇਹਦੇ ਵਿੱਚ ਸਾਡੇ ਜਿਹੜੇ ਗੱਲ ਕਰੀਏ ਤਾਂ ਸੁਖਪਾਲ ਸਿੰਘ ਖਹਿਰਾ ਜੀ ਜੋ ਆਮ ਆਦਮੀ ਪਾਰਟੀ ਤੋਂ ਨੇ, ਡਾਕਟਰ ਧਰਮਵੀਰ ਗਾਂਧੀ ਜੀ, ਇਸ ਵੇਲੇ ਤੁਹਾਡਾ ਇੱਕ ਸੰਗਠਿਤ ਗਰੁੱਪ ਹੈ ਜਿਹੜਾ ਉਹ ਬਣ ਰਿਹਾ, ਬਹੁਤ ਹੀ ਮਜ਼ਬੂਤ ਇੱਕ ਗਰੁੱਪ ਬਣ ਰਿਹਾ, ਪਰ ਇਹ 'ਚ ਲੀਡਰਸ਼ਿਪ ਕਿਹਦੇ ਕੋਲ ਹੋਏਗੀ, ਕਮਾਂਡ ਕੌਣ ਦੇਖੇਗਾ? ਲੀਡਰਸ਼ਿਪ ਰੌਲਾ ਉੱਥੇ ਪੈਂਦਾ ਕੁਰਸੀ ਦਾ ਜਿੱਥੇ ਕੁਰਸੀ ਧੰਦਾ ਬਣ ਜੇ, ਜਿੱਥੇ ਕੁਰਸੀ ਦੁਕਾਨਦਾਰੀ ਬਣ ਜੇ, ਫੈਕਟਰੀ ਅਤੇ ਮਿੱਲ ਬਣ ਜੇ, ਜਿੱਥੇ ਕੁਰਸੀ ਦੇਸ਼ ਭਗਤੀ ਹੋਵੇ ਨਾ, ਜਿੱਥੇ ਕੁਰਸੀ ਬੇਈਮਾਨਾਂ ਦੇ ਲੜਨ ਦਾ ਇੱਕ ਚੈਲੰਜ ਅਤੇ ਸੰਘਰਸ਼ ਦਾ ਨਾਮ ਰਾਜਨੀਤੀ ਹੋਵੇ, ਉੱਥੇ ਕੁਰਸੀ ਦੇ ਪਿੱਛੇ ਲੜਾਈ ਨਹੀਂ। ਲੀਡਰ ਖਹਿਰਾ ਬਣ ਜੇ, ਬੈਂਸ ਬਣ ਜੇ, ਗਾਂਧੀ ਸਾਹਿਬ ਬਣ ਜਾਣ, ਲੀਡਰ ਕੋਈ ਬਣ ਜੇ, ਕੋਈ ਰੌਲਾ ਹੀ ਨਹੀਂ ਹੈਗਾ ਸਾਡਾ, ਰੌਲਾ ਉਹਨਾਂ ਨੂੰ ਆ ਜਿਹੜੇ ਰਾਜਨੀਤੀ ਦਾ ਧੰਦਾ ਕਰਦੇ ਜੀ। ਰਣਜੀਤ ਸਿੰਘ ਬ੍ਰਹਮਪੁਰਾ ਜੀ, ਸੇਵਾ ਸਿੰਘ ਸੇਖਵਾ ਜੀ ਦੀ ਗੱਲ ਕਰੀਏ, ਰਤਨ ਸਿੰਘ ਅਜਨਾਲਾ, ਉਹ ਤੁਹਾਡੇ ਕੋਲ ਆਉਣਗੇ ਕਿ ਤੁਸੀਂ ਉਹਨਾਂ ਕੋਲ ਚੱਲ ਕੇ ਜਾਓ? ਮੇਰੇ ਵੱਡੇ ਨੇ, ਸਤਿਕਾਰਯੋਗ ਨੇ ਯਾਰ, ਬਜ਼ੁਰਗ ਹੈਗੇ ਆ ਉਹ, ਉਹਨਾਂ ਵੱਡਾ ਇਕੱਠ ਹੋਏਗਾ ਲਾਮਸਾਲ ਜੀ। ਜੀ ਜੀ, ਬਿਲਕੁਲ, ਬਹੁਤ ਵੱਡਾ ਇਕੱਠ ਹੋਏਗਾ, ਉਹ ਨਿਰਣਾਇਕ ਕੋਈ ਫੈਸਲਾ ਵੀ ਹੋਏਗਾ ਉੱਥੇ ਕਿ ਜਾਂ ਇਕੱਠ ਵਿਖਾਉਣਾ, ਸਰਕਾਰ ਨੂੰ ਚਿਤਾਉਣਾ ਔਰ ਆਪਣੇ ਸ਼ਕਤੀ ਪ੍ਰਦਰਸ਼ਨ ਦੇ ਨਾਲ ਜੋ ਤੀਸਰਾ ਬਦਲ ਹੈ ਉਹਨੂੰ ਦਾਅਵੇ ਪੱਕੇ ਕਰਨੇ ਨੇ? ਇਹਨੂੰ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਜੋ ਮਰਜ਼ੀ ਕਹਿ ਸਕਦੇ ਹੋ, ਆਵਾਜ਼ ਖਲਕ ਨਗਾੜਾ ਇੱਕ ਖੁਦਾ, ਜਿੱਥੇ ਖਲਕ ਇਕੱਠਾ ਹੋ ਜਾਂਦਾ ਨਾ ਅਤੇ ਫਿਰ ਉਹ ਗੁਰੂ ਦੀ ਆਵਾਜ਼ ਬਣ ਜਾਂਦਾ ਜੀ। ਅਤੇ ਜਿੱਥੇ ਤੁਸੀਂ ਆਉਂਦੀ ਆਵਾਜ਼ ਬਣ, ਜਿੱਥੇ ਮੈਂ ਸਾਹਿਬ ਬਾਕੀ ਲੀਡਰਾਂ ਦੀ ਗੱਲ ਕੀਤੀ ਤਾਂ ਬਰਗਾੜੀ ਦੀ ਗੱਲ ਕਰਾਂ ਤਾਂ ਬਰਗਾੜੀ ਮੋਰਚੇ ਤੋਂ ਸ਼ੁਰੂਆਤ ਹੋ ਸਕਦੀ, ਯਾਨੀ ਕਿ ਬਰਗਾੜੀ ਮੋਰਚੇ 'ਚ ਬੈਠੇ ਜਿਹੜੇ ਸਿੰਘ ਸਾਹਿਬਾਨ ਨੇ, ਕਿ ਉਹਨਾਂ ਦੀ ਵੀ ਰਹਿਨੁਮਾਈ ਤੁਹਾਨੂੰ ਮਿਲੇਗੀ, ਕਿ ਉਹਨਾਂ ਦੀ ਸਪੋਰਟ ਲਓਗੇ ਕਿ ਜਾਂ ਉਹਨਾਂ ਨੂੰ ਸਿਰਫ ਰਾਜਨੀਤਿਕ ਫਾਇਦੇ ਵਾਸਤੇ ਵਰਤ ਰਹੇ? ਨਹੀਂ, ਅਸੀਂ ਕਦੇ ਉਹਨਾਂ ਨੂੰ ਨਾ, ਅਸੀਂ ਆਪਣੇ ਰਾਜਨੀਤਿਕ ਫਾਇਦੇ ਵਾਸਤੇ, ਜਿਹੜਾ ਗੁਰੂ ਗ੍ਰੰਥ ਸਾਹਿਬ ਲਈ ਰਾਜਨੀਤੀ ਕਰੇਗਾ ਨਾ ਉਹ ਦੋਜਕ ਦਾ ਭਾਗੀਦਾਰ ਹੋਏਗਾ। ਉਹ ਸਤਿਕਾਰਯੋਗ ਸੱਜਣ ਜਿਨ੍ਹਾਂ ਦਾ ਬਹੁਤ ਵੱਡਾ ਇੱਕ ਸੈਕਰੀਫਾਈਜ਼ ਆ, ਮੇਰਾ ਖਿਆਲ 250 ਦਿਨ ਹੋ ਗਏ ਉਹਨਾਂ ਨੂੰ, 180 ਦੇ ਕਰੀਬ ਦਿਨ ਹੋ ਗਏ, ਅਤੇ ਉਹਨਾਂ ਦਾ ਧਾਰਮਿਕ ਰਸਤਾ ਜਿਹੜੇ ਰਸਤੇ 'ਤੇ ਉਹ ਤੁਰੇ ਆ, ਅਸੀਂ ਉਸ ਇਨਸਾਫ ਮੋਰਚਾ ਲੱਗਿਆ ਅਤੇ ਇਹ ਇਨਸਾਫ ਮਾਰਚ ਹੈ, ਉਸ ਮੋਰਚੇ ਨੂੰ ਸ਼ਕਤੀ ਦੇਣ ਵਾਸਤੇ ਆ, ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਵਾਸਤੇ, ਸਜ਼ਾਵਾਂ ਦਵਾਉਣ ਵਾਸਤੇ। ਇਹ ਜੋ ਸਮਾਂ ਕੋਈ ਤੈਅ ਹੋਏਗਾ, ਸੀਮਾ ਤੈਅ ਹੋਏਗੀ, ਕੋਈ ਦਿਸ਼ਾ ਔਰ ਦਸ਼ਾ ਤੈਅ ਹੋਏਗੀ ਉਸ ਦਿਨ ਕਿ ਜਾਂ ਫਿਰ ਉਸੇ ਤਰੀਕੇ ਦੇ ਨਾਲ ਫਿਰ ਅਗਲਾ ਜਿਹੜਾ ਐਲਾਨ ਕਰ ਦਿੱਤਾ ਜਾਏਗਾ ਕਿ ਹੁਣ ਅਗਲੀ ਰੈਲੀ ਜਿਹੜੀ ਇੰਨੀ ਤੈਅ ਹੋਏਗੀ, ਦਸ਼ਾ ਵੀ ਤੈਅ ਹੋਏਗੀ, ਫਿਕਰ ਨਾ ਕਰੋ ਤੁਸੀਂ, 16 ਤਰੀਕ ਆ ਲੈਣ ਜੀ। ਬੈਂਸ ਸਾਹਿਬ, ਬਿਲਕੁਲ, ਦੋ ਸਵਾਲ ਸਿਰਫ ਹੋਰ ਨੇ, ਤੁਸੀਂ ਉਹਨਾਂ ਦਾ ਜਵਾਬ ਦੇ ਕੇ ਫਿਰ ਅਸੀਂ ਵੀ ਤੁਹਾਨੂੰ ਇਜਾਜ਼ਤ ਦੇ ਦਿੰਦੇ ਹਾਂ। ਬੈਂਸ ਸਾਹਿਬ, ਗੱਲ ਕਰੀਏ ਆਪਾਂ ਜੋ ਇਸ ਵੇਲੇ ਸਿੱਧੂ ਦੀ, ਨਵਜੋਤ ਸਿੰਘ ਸਿੱਧੂ ਦੀ, ਉਹ ਪਾਕਿਸਤਾਨ ਜਾਂਦੇ ਨੇ, ਪਾਕਿਸਤਾਨ ਇੱਕ ਜੱਫੀ ਪਾ ਕੇ ਆਉਂਦੇ ਨੇ ਅਤੇ 3 ਮਹੀਨੇ ਬਾਅਦ ਉਸ ਜੱਫੀ ਦਾ ਰਿਜ਼ਲਟ ਆ ਜਾਂਦਾ, ਪਾਕਿਸਤਾਨ ਤੋਂ ਸਾਨੂੰ ਕਰਤਾਰਪੁਰ ਸਾਹਿਬ ਦਾ ਰਸਤਾ ਮਿਲ ਜਾਂਦਾ, ਜਿੱਥੇ ਪੂਰਾ ਆਵਾਮ ਚਾਹੇ ਪਾਕਿਸਤਾਨ ਦਾ ਚਾਹੇ ਹਿੰਦੁਸਤਾਨ ਦਾ ਸਿੱਧੂ ਨੂੰ ਪਲਕਾਂ 'ਤੇ ਬਿਠਾ ਰਿਹਾ, ਉੱਥੇ ਹੀ ਅਕਾਲੀ ਦਲ ਵਾਲੇ, BJP ਵਾਲੇ ਔਰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ 'ਤੇ ਬੜੇ ਤਿੱਖੇ ਨਿਸ਼ਾਨੇ ਲਾ ਰਹੇ ਨੇ, ਕਿਉਂ? ਉਹ ਇਸ ਕਰਕੇ ਆ, ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸੀ ਅਤੇ ਉਹ ਪਾਕਿਸਤਾਨ ਗਏ ਸੀ, ਉਹ ਆਪਣੀ ਪਾਕਿਸਤਾਨ ਫੇਰੀ ਦੌਰਾਨ ਉੱਥੋਂ ਦੁੰਬੇ ਲੈ ਆਏ ਭੇਡੂ, ਫਿਰ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ, ਉਹ ਗਏ ਪਾਕਿਸਤਾਨ ਦੇ ਵਿੱਚ ਅਤੇ ਉਹ ਇੱਕ ਪਾਕਿਸਤਾਨ ਦੀ ਔਰਤ ਰੂਸ ਆਲਮ ਲੈ ਆਏ, ਅਤੇ ਜੇ ਸਿੱਧੂ ਗਿਆ ਤਾਂ ਸਿੱਧੂ ਬਾਬੇ ਨਾਨਕ ਦੇ ਪਵਿੱਤਰ ਘਰ ਦਾ ਰਸਤਾ ਮੰਗਣ ਵਾਸਤੇ। ਮੈਂ ਧੰਨਵਾਦ ਕਰਦਾ ਸੁਰਗਵਾਸੀ ਸਰਦਾਰ ਕੁਲਦੀਪ ਸਿੰਘ ਬਡਾਲਾ ਹੋਣਾ ਦਾ, ਜਿਹੜੇ 208 ਵਾਰ ਹਰ ਮੱਸਿਆ ਦੇ ਉੱਤੇ 208 ਵਾਰ ਸੰਗਤ ਨੂੰ ਨਾਲ ਲੈ ਕੇ ਅਰਦਾਸ ਬੇਨਤੀਆਂ ਕਰਦੇ ਰਹੇ। ਮੈਂ ਗੁਰੂ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ, ਕਿਸੇ ਜ਼ਰੀਏ ਹੋ ਗਿਆ, ਬਹੁਤ ਧੰਨਵਾਦ। ਪਰ ਉਹ ਲੋਕ ਕੁੱਕੜ ਖੇਡ ਆਈ ਅਤੇ ਆਪਣੇ ਸਿਰ 'ਚ ਪਾਈ, ਆ ਸਟੇਜ ਲੱਗੀ ਸੀ ਨਾ ਅੰਮ੍ਰਿਤਸਰ ਦੇ ਵਿੱਚ ਉਦਘਾਟਨੀ ਸਮਾਰੋਹ ਵੇਲੇ, ਕਾਂਗਰਸ ਅਤੇ ਅਕਾਲੀਆਂ ਨੇ ਕੈਸਾ ਜਲੂਸ ਕੱਢਿਆ ਉੱਥੇ, ਕ੍ਰੈਡਿਟ ਬਾਰ
ਸ਼ਰਮ ਆਉਣੀ ਚਾਹੀਦੀ ਹੈ। ਇੱਕ ਐਡੇ ਮਹਾਨ ਪਵਿੱਤਰ ਕਾਜ ਵਾਸਤੇ ਵੀ ਤੁਸੀਂ ਰਾਜਨੀਤੀ ਕਰਦੇ ਹੋ, ਐਡੂ ਵੱਡੀ ਕੋਈ ਗਿਰਾਵਟ ਹੋ ਸਕਦੀ ਹੈ ਤੁਹਾਡੇ ਅੰਦਰ? ਹੋਰ ਮੁੱਦੇ ਹੈ ਨਹੀਂ ਰਾਜਨੀਤੀ ਕਰਨ ਵਾਸਤੇ, ਤੁਸੀਂ ਇਸ ਮੁੱਦੇ ਨੂੰ ਤਾਂ ਕਮ ਸੇ ਕਮ ਸਪੇਅਰ ਕਰਦੇ ਹੋ। ਸੋ ਸਿੱਧੂ ਦੇ ਉੱਪਰ ਜੋ ਇਲਜ਼ਾਮ ਲੱਗ ਰਹੇ ਸੀ ਗੱਦਾਰੀ ਦੇ, ਦੇਸ਼ ਧਰੋਹੀ ਦੇ, ਜੋ ਇਲਜ਼ਾਮ ਲਗਾਉਣ ਵਾਲੇ ਸੀ, ਅਤੇ ਅੱਜ ਉਹੀ ਉਸੇ ਪਾਕਿਸਤਾਨ 'ਚ ਜਾ ਕੇ ਪ੍ਰੋਗਰਾਮ 'ਚ ਸ਼ਾਮਿਲ ਹੋਏ, ਕੀ ਕਹਿਣਾ ਚਾਹੋ? ਸੋ ਡਬਲ ਸਟੈਂਡਰਡ ਹੈਗਾ, ਚਾਹੇ ਉਹ ਬਾਦਲ ਆ ਚਾਹੇ ਉਹ ਕੈਪਟਨ ਆ, ਇਹ ਦੋ ਮੁਹੀਏ ਹੈਗੇ, ਦੋ ਮੁਹੀਏ ਲੋਕ ਨੇ, ਇਹ ਆਪਣੀ ਸਹੂਲਤ ਅਨੁਸਾਰ ਆਪਣੇ ਹਿੱਤ ਅਨੁਸਾਰ ਕੋਈ ਵੀ ਗੱਲ ਕਿਤੇ ਵੀ ਕਹਿ ਸਕਦੇ। ਅੱਜ ਉਹੀ ਬਾਦਲ ਮੁੱਦਾਹੀਣ ਹੋ ਗਏ, ਲਾਸ਼ਾਂ ਦੇ ਢੇਰਾਂ 'ਤੇ ਖੜ੍ਹ ਕੇ ਰਾਜਨੀਤੀ ਕਰਦੇ ਆ, ਚਾਹੇ ਉਹ ਰੇਲ ਕਾਂਡ ਹੋਵੇ, ਦੁਰਘਟਨਾ ਹੋਈ ਦੁਸਹਿਰੇ ਵਾਲੇ ਦਿਨ, ਅਤੇ ਚਾਹੇ ਉਹ ਅੰਮ੍ਰਿਤਸਰ ਬੰਬ ਕਾਂਡ ਹੋਵੇ ਜਿਹੜਾ ਸਰਕਾਰ ਦੀਆਂ ਏਜੰਸੀਆਂ ਨੇ ਸਰਕਾਰ ਦੇ ਇਸ਼ਾਰਿਆਂ 'ਤੇ ਕੀਤਾ, ਕਿਸੇ ਖੜਕੂ ਜਥੇਬੰਦੀ ਦਾ ਨਹੀਂ, ਕੌਣ ਕਰਕੇ ਗਿਆ, ਫੁਟੇਜ ਸਾਹਮਣੇ ਆ ਗਈ ਅਤੇ ਫੜ ਕੌਣ ਲਿਆ, ਸਾਰੀ ਗੱਲ ਆ ਗਈ ਨਾ ਸਾਹਮਣੇ। ਪੰਜਾਬ ਦੇ ਅੰਦਰ ਸ਼ਹਿਰੀ ਵਪਾਰੀ ਅਤੇ ਹਿੰਦੂ ਨੂੰ ਡਰਾਉਣ ਵਾਸਤੇ ਇਹ ਗਿਰਗਿਟ ਵਾਂਗੂ ਰੰਗ ਬਦਲੀ ਕਰ। ਸਰ ਜੋ ਇਸ ਵੇਲੇ ਨਵਜੋਤ ਸਿੰਘ ਸਿੱਧੂ ਹੈ, ਤੁਹਾਨੂੰ ਉਹਦੇ ਨਾਲ ਕਿੱਦਾਂ ਦੀ ਹਮਦਰਦੀ ਹੈ? ਕੀ ਤੁਸੀਂ ਖੁੱਲ੍ਹ ਕੇ ਉਹਦਾ ਸਪੋਰਟ ਕਰਦੇ ਹੋ? ਹਮਦਰਦੀ ਉਹ ਕਿਹੜਾ ਬਿਮਾਰ ਆ, ਮੇਰੀ ਹਮਦਰਦੀ ਆ, ਸਪੋਰਟ ਕਰਦੇ ਜੋ ਉਹਦੇ ਨਾਲ ਹਾਲਾਤ ਨੇ? ਮੈਂ ਸਿੱਧੂ ਦੀ ਸਪੋਰਟ ਨਹੀਂ ਕਰਦਾ, ਮੈਂ ਇਮਾਨਦਾਰੀ ਦੀ ਸਪੋਰਟ ਕਰਦਾ, ਮੈਂ ਦੇਸ਼ ਭਗਤੀ ਦੀ ਸਪੋਰਟ ਕਰਦਾ, ਮੈਂ ਸੰਗਤ ਦੇ ਸੇਵਾ ਦੇ ਕਾਜ ਦੀ ਸਪੋਰਟ ਕਰਦਾ, ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ। ਸੋ ਭਾਈ ਸਾਹਿਬ, ਜੋ ਆਮ ਆਦਮੀ ਪਾਰਟੀ ਹੈ ਉਹ ਆਰੋਪ ਜੋ ਤੁਹਾਡੇ ਉੱਪਰ ਇੱਕ ਬੜਾ ਜ਼ਬਰਦਸਤ ਲਗਾ ਰਹੀ ਹੈ ਕਿ ਇਹਨਾਂ ਨੇ ਸਾਡੀ ਪਾਰਟੀ ਨੂੰ ਸਾਡੀ ਉੱਥੇ ਆਪ ਤੋਂ ਨਹੀਂ ਜਾਂਦਾ ਫਿੱਟੇ ਮੂੰਹ ਗੋਡਿਆਂ ਦਾ। ਹੁਣ ਬੈਂਸ ਕਰਕੇ ਧਰਮਵੀਰ ਗਾਂਧੀ ਤਾਂ ਨਹੀਂ ਸੀ ਗਿਆ, ਬੈਂਸ ਕਰਕੇ ਹਰਿੰਦਰ ਖਾਲਸਾ ਨਹੀਂ ਸੀ ਗਏ, ਬੈਂਸ ਕਰਕੇ ਛੋਟੇਪੁਰ ਨਹੀਂ ਸੀ ਗਿਆ, ਘੁੱਗੀ ਨਹੀਂ ਸੀ ਗਿਆ, ਬੈਂਸ ਕਰਕੇ ਦਿੱਲੀ ਦੇ ਕਿੱਡੇ ਕਦਾਵਰ ਲੀਡਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਚਲੇ ਗਏ। ਹੁਣ ਉਹ ਬੈਂਸ 'ਤੇ ਐਵੇਂ ਖਾਮ ਖਾਈ ਦੋਸ਼ ਲਾਈ ਜਾਣ ਅਤੇ ਉਹਨਾਂ ਦੀ ਮਰਜ਼ੀ, ਪਾਰਟੀ ਦਾ ਨਾਂ ਲੋਕ ਇਨਸਾਫ ਪਾਰਟੀ ਰਹੇਗਾ ਕਿ ਕੁਛ ਹੋਰ ਹੋਏ? ਬਿਲਕੁਲ ਲੋਕ ਇਨਸਾਫ ਪਾਰਟੀ ਜ਼ਿੰਦਾਬਾਦ, ਜ਼ਿੰਦਾਬਾਦ ਜੀ। ਇਹ ਸਨ ਬੈਂਸ ਸਾਹਿਬ, ਇਹ ਸਨ ਸਾਡੇ ਨਾਲ, ਇਹ ਸਨ ਸਾਡੇ ਨਾਲ ਸਿਮਰਜੀਤ ਸਿੰਘ ਬੈਂਸ, ਜਿਨ੍ਹਾਂ ਦਾ ਕਹਿਣਾ ਹੈਗਾ ਕਿ ਸਿਮਰਨਜੀਤ ਸਿੰਘ ਬੈਂਸ ਜਿਨ੍ਹਾਂ ਨੇ ਇਹ ਗੱਲ ਬੜੀ ਕਲੀਅਰ ਕਰ ਦਿੱਤੀ ਹੈ ਕਿ ਆਵਾਜ਼ੇ ਖਲਕ ਨਗਾਰੇ ਖੁਦਾ, ਜੋ 8 ਦਸੰਬਰ ਨੂੰ ਜੋ ਤਲਵੰਡੀ ਸਾਬੋ ਤੋਂ ਇੱਕ ਰੈਲੀ ਜਿਹੜੀ ਹੈ ਉਹ ਕੱਢੀ ਜਾ ਰਹੀ ਹੈ, ਸ਼ਕਤੀ ਪ੍ਰਦਰਸ਼ਨ ਹੀ ਹੋਏਗਾ ਇੱਕ ਕਿਸਮ ਦਾ, ਔਰ ਜੋ ਜਨਤਾ ਦਾ ਫੈਸਲਾ ਹੋਏਗਾ ਉਹੀ ਫੈਸਲਾ ਜਿਹੜਾ ਸਿਮਰਨਜੀਤ ਸਿੰਘ ਬੈਂਸ ਜਿਹੜੇ ਨੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਉਹਨਾਂ ਦਾ ਹੋਏਗਾ। ਔਰ ਉਹਨਾਂ ਦੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪੰਜਾਬ ਹਿਤੈਸ਼ੀ ਜੋ ਵੀ ਪਾਰਟੀ ਦਾ ਕਿਸੇ ਵੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਹੋਵੇ, ਚਾਹੇ ਉਹ ਬਾਗੀ ਅਕਾਲੀ ਦਲ ਤੋਂ ਅਕਾਲੀ ਲੀਡਰ ਹੋਣ ਜਾਂ ਕਿਸੇ ਹੋਰ ਪਾਰਟੀ ਦੇ ਬਾਗੀ ਲੀਡਰ ਹੋਣ, ਉਹਨਾਂ ਦਾ ਕਹਿਣਾ ਕਿ ਜੋ ਪੰਜਾਬ ਦਾ ਭਲਾ ਚਾਹੁੰਦਾ ਉਹਨਾਂ ਦੇ ਕੋਲ ਆਪ ਜਾ ਕੇ ਉਹਨਾਂ ਦੇ ਕੋਲੋਂ ਮਦਦ ਮੰਗਣਗੇ, ਔਰ ਪੰਜਾਬ ਦੇ ਵਿੱਚ ਤੀਜਾ ਫਰੰਟ ਬਣਾ ਕੇ ਇੱਕ ਐਸੀ ਸਰਕਾਰ ਦੇਣਗੇ ਜੋ ਨਾਇਕ ਫਿਲਮ ਦੇ ਵਾਂਗ ਕੰਮ ਕਰੇ। ਸੋ ਦਿਓ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ 'ਚ ਅਕਾਲ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ, ਅਤੇ ਮੈਂ ਹਾਂ ਰਿਸ਼ਪਾਲ ਸਿੰਘ। ਪਿਛਲੇ ਬਹੁਤ ਲੰਬੇ ਅਰਸੇ ਤੋਂ ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਦਾ ਸਿੱਕਾ ਚੱਲ ਰਿਹਾ, ਬਹੁਤ ਇਨਕਲਾਬੀ ਲੀਡਰ ਜਿਹੜੇ ਨੇ ਉਹ ਆਏ ਔਰ ਉਹਨਾਂ ਨੇ ਆਣ ਕੇ ਪੰਜਾਬ ਦੇ ਵਿੱਚ ਤੀਜਾ ਬਦਲ ਦੇਣ ਦੀ ਕੋਸ਼ਿਸ਼ ਕੀਤੀ। ਭਾਵੇਂ ਉਹਨਾਂ ਦੇ ਵਿੱਚ ਮਨਪ੍ਰੀਤ ਬਾਦਲ ਸੀ, ਚਾਹੇ ਸਿਮਰਨਜੀਤ ਸਿੰਘ ਮਾਨ ਸੀ, ਚਾਹੇ ਰਾਮੂ ਵਾਲੀਆ ਸੀ, ਲੇਕਿਨ ਉਹ ਕਾਮਯਾਬ ਨਹੀਂ ਹੋ ਸਕੇ। 2017 ਦੀਆਂ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਕਾਮਯਾਬ ਹੁੰਦੀ ਰਹਿ ਗਈ, ਲੇਕਿਨ ਉਹਦੇ ਬਾਅਦ ਹੁਣ ਫਿਰ, ਕਿਉਂਕਿ ਪੰਜਾਬ ਦੀ ਨਬਜ਼ ਨੂੰ ਟਟੋਲਦੇ ਹੋਏ, ਪਛਾਣਦੇ ਹੋਏ ਸਿਮਰਨਜੀਤ ਸਿੰਘ ਬੈਂਸ, ਉਹਨਾਂ ਨੂੰ ਲੱਗਦਾ ਕਿ ਪੰਜਾਬ ਤੀਸਰੇ ਬਦਲ ਦੀ ਉਡੀਕ ਵਿੱਚ ਹੈ ਔਰ ਇੱਕ ਹੀ ਉਹਨਾਂ ਦੀ ਉਮੀਦ 'ਤੇ ਖਰਾ ਉਤਰਨਗੇ। ਅਸੀਂ ਇਹਨਾਂ ਦੇ ਨਾਲ ਹੀ ਗੱਲ ਕਰਦੇ, ਸਰਦਾਰ ਸਿਮਰਨਜੀਤ ਸਿੰਘ ਜੀ ਬੈਂਸ ਸਾਹਿਬ ਜੀ ਦਾ ਅਕਾਲ ਚੈਨਲ 'ਤੇ ਸਵਾਗਤ ਹੈ ਜੀ, ਗੁਰਫਤਿਹ ਦੀ ਸਾਂਝ ਪਾਉਂਦੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਵੇ ਸੋ ਜਾਵੇ ਅਕਾਲ ਪੁਰਖ ਨੂੰ ਪਾਵ। ਸਰਦਾਰ ਸਿਮਰਨਜੀਤ ਸਿੰਘ ਜੀ, ਸਰਦਾਰ ਸਿਮਰਨ ਸਿੰਘ ਜੀ ਬੈਂਸ ਸਾਡੇ ਨਾਲ ਨੇ। ਬੈਂਸ ਸਾਹਿਬ, ਲੋਕ ਇਨਸਾਫ ਪਾਰਟੀ ਦੇ ਨਾਲ ਆਪ ਜੀ ਨੇ ਪੰਜਾਬ 'ਚ ਆਗਾਜ਼ ਕੀਤਾ, ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ, ਸ਼ਾਇਦ ਇੰਨੀ ਪਾਪੂਲੈਰਿਟੀ ਕਿਸੇ ਹੋਰ ਲੀਡਰ ਦੇ ਨਸੀਬ 'ਚ ਨਹੀਂ ਹੋਈ, ਜਿੰਨੀ ਪਾਪੂਲੈਰਿਟੀ ਜਿਹੜੀ ਹੈ ਆਪ ਜੀ ਨੂੰ ਮਿਲੀ ਹੈ, ਇਹਦਾ ਕੀ ਕਾਰਨ ਹੈ? ਇਹਨੇ ਕੀ ਕਿਰਪਾ ਸੇ ਸਜੇ ਹਮ ਮੈਂ ਮੋਹ ਸੇ ਗਰੀਬ ਕਰੋੜ ਪਰੇ। ਇਹ ਸੰਗਤ ਦਾ ਪਿਆਰ, ਦੁਆਵਾਂ, ਮੇਰੇ ਵਰਗੇ ਇਨਸਾਨ ਦੀ ਕੀ ਔਕਾਤ ਹੈ ਕਿ ਸਮੇਂ ਦੇ ਪਾਵਰਫੁੱਲ ਲੋਕਾਂ ਦਾ ਟਾਕਰਾ ਕਰ ਜੇ, ਮੇਰੀ ਔਕਾਤ ਨਹੀਂ। ਇਹ ਲੋਕਾਂ ਦੀਆਂ, ਸੰਗਤ ਦੀਆਂ ਬਲੈਸਿੰਗ, ਦੁਆਵਾਂ ਅਤੇ ਪਿਆਰ ਔਰ ਹੱਲਾਸ਼ੇਰੀ ਇੱਕ ਬਹੁਤ ਵੱਡੀ ਸ਼ਕਤੀ ਅਤੇ ਮੋਟੀਵੇਸ਼ਨ ਆ ਜਿਹੜਾ
ਡੋਲਣ ਨਹੀਂ ਦਿੰਦਾ ਸਾਹਮਣੇ ਚਾਹੇ ਕਿਸੇ ਕੁਰਸੀ 'ਤੇ ਕੋਈ ਬੇਈਮਾਨ ਬਿਰਾਜਮਾਨ ਹੋਵੇ ਅਤੇ ਉੱਥੇ ਸੱਚ ਦਾ ਪਹਿਰਾ ਲਾ ਕੇ ਆਉਣਾ ਇਹਨਾਂ ਸਤਿਕਾਰਯੋਗ ਪੰਜਾਬੀਆਂ ਦੇ ਦੁਆਵਾਂ ਦੀ ਬਦੌਲਤ ਜਬੈ ਸਾਹਿਬ ਜੋ ਲੋਕ ਇਨਸਾਫ ਪਾਰਟੀ ਹੈ ਉਹ ਤੀਜਾ ਫਰੰਟ ਬਣਾਉਣ ਦੀ ਤਿਆਰੀ 'ਚ ਹੈ ਅਗਰ ਕਹਿ ਦਈਏ ਤਾਂ ਤੀਜਾ ਫਰੰਟ ਬਣ ਰਿਹਾ ਤੀਸਰੇ ਫਰੰਟ ਦੇ ਵਿੱਚ ਕੌਣ ਕੌਣ ਹੋਏਗਾ ਔਰ ਇਸ ਤੀਸਰੇ ਫਰੰਟ ਦਾ ਨਾਂ ਕੀ ਹੋਏਗਾ ਤੀਸਰੇ ਫਰੰਟ ਦੇ ਵਿੱਚ ਕੌਣ ਕੌਣ ਹੋਏਗਾ ਉਹ ਸੱਜਣ ਜਿਹੜੇ ਪੰਜਾਬ ਦੇ ਹਿਤੈਸ਼ੀ ਹੈ ਅਸੀਂ ਹਰ ਉਸ ਸੱਜਣ ਦੇ ਕੋਲ ਜਾਵਾਂਗੇ ਜਿਹੜਾ ਪੰਜਾਬ ਦਾ ਹਿਤੈਸ਼ੀ ਹੈ ਹਰ ਉਸ ਦਰਵਾਜ਼ੇ 'ਤੇ ਜਾਵਾਂਗੇ ਜਿਹਦੇ ਮਨ ਦੇ ਦਿਲ ਦੇ ਅੰਦਰ ਪੰਜਾਬ ਪ੍ਰਤੀ ਦਰਦ ਅਤੇ ਪਿਆਰ ਹੈ ਜਿਹਦੇ ਦਿਲ ਦੇ ਅੰਦਰ ਇੱਕ ਐਸੀ ਭਾਵਨਾ ਕਿ ਅਸੀਂ ਇਸ ਮਾਫੀਏ ਨੂੰ ਪੰਜਾਬ ਤੋਂ ਪਰੇ ਕਰਨਾ ਪੰਜਾਬ ਨੂੰ ਮਾਫੀਆ ਮੁਕਤ ਬਣਾਉਣਾ ਉਹਦੇ ਵਿੱਚ ਹਰ ਉਹ ਸੱਜਣ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਤੁਸੀਂ ਦੂਜਾ ਸਵਾਲ ਕਰਨਾ ਬਾਗੀ ਅਕਾਲੀਆਂ ਦਾ ਮੈਨੂੰ ਪਤਾ ਮੈਂ ਤੁਹਾਨੂੰ ਉਸ ਸਵਾਲ ਦਾ ਜਵਾਬ ਵੀ ਦੇ ਦਿੰਦਾ ਹਰ ਉਹ ਸੱਜਣ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆ ਗਿਆ ਭੁੱਲਿਆ ਨਹੀਂ ਗਿਣਦੇ ਜੱਬੇ ਬਾਣ ਲੱਗ ਗਏ ਤਬੇ ਰੋਸ ਜਾਗਿਓ ਹਰ ਉਹ ਸੱਜਣ ਨੂੰ ਨਾਲ ਲੈ ਕੇ ਤੁਰਾਂ ਜੀ ਵੈ ਸਾਹਿਬ ਇਹਦੇ ਵਿੱਚ ਸਾਡੇ ਜਿਹੜੇ ਗੱਲ ਕਰੀਏ ਤਾਂ ਸੁਖਪਾਲ ਸਿੰਘ ਖਹਿਰਾ ਜੀ ਜੋ ਆਮ ਆਦਮੀ ਪਾਰਟੀ ਤੋਂ ਨੇ ਡਾਕਟਰ ਧਰਮਵੀਰ ਗਾਂਧੀ ਜੀ ਇਸ ਵੇਲੇ ਤੁਹਾਡਾ ਇੱਕ ਸੰਗਠਿਤ ਗਰੁੱਪ ਹੈ ਜਿਹੜਾ ਉਹ ਬਣ ਰਿਹਾ ਬਹੁਤ ਹੀ ਮਜ਼ਬੂਤ ਇੱਕ ਗਰੁੱਪ ਬਣ ਰਿਹਾ ਪਰ ਇਹ 'ਚ ਲੀਡਰਸ਼ਿਪ ਕਿਹਦੇ ਕੋਲ ਹੋਏਗੀ ਕਮਾਂਡ ਕੌਣ ਦੇਖੇਗਾ ਲੀਡਰਸ਼ਿਪ ਰੌਲਾ ਉੱਥੇ ਪੈਂਦਾ ਕੁਰਸੀ ਦਾ ਜਿੱਥੇ ਕੁਰਸੀ ਧੰਦਾ ਬਣ ਜੇ ਜਿੱਥੇ ਕੁਰਸੀ ਦੁਕਾਨਦਾਰੀ ਬਣ ਜੇ ਫੈਕਟਰੀ ਅਤੇ ਮਿੱਲ ਬਣ ਜੇ ਜਿੱਥੇ ਕੁਰਸੀ ਦੇਸ਼ ਭਗਤੀ ਹੋਵੇ ਨਾ ਜਿੱਥੇ ਕੁਰਸੀ ਬੇਈਮਾਨਾਂ ਦੇ ਲੜਨ ਦਾ ਇੱਕ ਚੈਲੇਂਜ ਅਤੇ ਸੰਘਰਸ਼ ਦਾ ਨਾਮ ਰਾਜਨੀਤੀ ਹੋਵੇ ਉੱਥੇ ਕੁਰਸੀ ਦੇ ਪਿੱਛੇ ਲੜਾਈ ਨਹੀਂ ਲੀਡਰ ਖਹਿਰਾ ਬਣ ਜੇ ਬੈਂਸ ਬਣ ਜੇ ਗਾਂਧੀ ਸਾਹਿਬ ਬਣ ਜਾਣ ਲੀਡਰ ਕੋਈ ਬਣ ਜੇ ਕੋਈ ਰੌਲਾ ਹੀ ਨਹੀਂ ਹੈਗਾ ਸਾਡਾ ਰੌਲਾ ਉਹਨਾਂ ਨੂੰ ਆ ਜਿਹੜੇ ਰਾਜਨੀਤੀ ਦਾ ਧੰਦਾ ਕਰਦੇ ਜੀ ਰਣਜੀਤ ਸਿੰਘ ਬ੍ਰਹਮਪੁਰਾ ਜੀ ਸੇਵਾ ਸਿੰਘ ਸਿੱਖਵਾਂ ਜੀ ਦੀ ਗੱਲ ਕਰੀਏ ਰਤਨ ਸਿੰਘ ਅਜਨਾਲਾ ਉਹ ਤੁਹਾਡੇ ਕੋਲ ਆਉਣਗੇ ਕਿ ਤੁਸੀਂ ਉਹਨਾਂ ਕੋਲ ਚੱਲ ਕੇ ਜਾਓ ਮੇਰੇ ਵੱਡੇ ਨੇ ਸਤਿਕਾਰਯੋਗ ਨੇ ਯਾਰ ਬਜ਼ੁਰਗ ਹੈਗੇ ਆ ਉਹ ਉਹਨਾਂ ਕੋਲ ਬਹੁਤ ਵੱਡਾ ਤਜਰਬਾ ਮੈਂ ਤਾਂ ਪਹਿਲਾਂ ਕਹਿ ਕੇ ਹਟਿਆ ਕਿ ਬੈਂਸ ਹਰ ਉਸ ਦਰਵਾਜ਼ੇ 'ਤੇ ਜਾਊਗਾ ਜਿਹੜਾ ਪੰਜਾਬ ਲਈ ਦਿਲ ਦੇ ਵਿੱਚ ਦਰਦ ਰੱਖਦਾ ਹੋਊਗਾ ਜੀ 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 8 ਦਸੰਬਰ ਨੂੰ ਸ਼ਕਤੀ ਪ੍ਰਦਰਸ਼ਨ ਸਮਝੀਏ ਤੁਹਾਡਾ ਨਹੀਂ ਇਹ ਇਨਸਾਫ ਮਾਰਚ ਹੈ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਬਰਗਾੜੀ ਦੇ ਵਿੱਚ ਨਹੱਤੀ ਸੰਗਤ ਦੇ ਉੱਤੇ ਜਨਰਲ ਡਾਇਰ ਬਣ ਕੇ ਗੋਲੀਆਂ ਚਲਾਉਣ ਵਾਲੇ ਲੋਕਾਂ ਨੂੰ ਸਜ਼ਾਵਾਂ ਵਾਸਤੇ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਰੋਕਣ ਵਾਸਤੇ ਪੰਜਾਬ ਦਾ ਯੂਥ ਬੇਰੁਜ਼ਗਾਰ ਤੁਰਿਆ ਫਿਰਦਾ ਉਹੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਹਰ ਘਰ ਦੇ ਵਿੱਚ ਨੌਕਰੀਆਂ ਵੰਡਦੇ ਸੀ ਇਹ ਵਾਅਦੇ ਯਾਦ ਕਰਾਉਣ ਵਾਸਤੇ ਦਲਿਤ ਦਾ ਹਾਲ ਕੀ ਅੱਜ ਪਿੰਡਾਂ ਦੇ ਅੰਦਰ ਦਲਿਤ ਬੇਜ਼ਮੀਨੇ ਵਿਚਾਰੇ ਲੋਕ ਮਿਹਨਤਕਸ਼ ਲੋਕ ਅੱਜ ਖੁਦਕੁਸ਼ੀਆਂ ਦੇ ਰਸਤੇ 'ਤੇ ਪਏ ਆ ਇਹਨਾਂ ਗੱਲਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਨਸਾਫ ਮਾਰਚ 8 ਤਰੀਕ ਤੋਂ ਤਲਵੰਡੀ ਸਾਬੋ ਤੋਂ 10 ਵਜੇ ਸਟਾਰਟ ਹੋ ਕੇ 16 ਤਰੀਕ ਮਹਿਲਾਂ ਵਾਲੇ ਸ਼ਹਿਰ ਪਟਿਆਲੇ ਦੇ ਵਿੱਚ ਸਮਾਪਤੀ ਕਰਾਂਗੇ ਬਹੁਤ ਵੱਡਾ ਇਕੱਠ ਹੋਏਗਾ ਲਾਮਸਾਲ ਜੀ 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 ਬਿਲਕੁਲ ਬਹੁਤ ਵੱਡਾ ਇਕੱਠ ਹੋਏਗਾ ਉਹ ਨਿਰਣਾਇਕ ਕੋਈ ਫੈਸਲਾ ਵੀ ਹੋਏਗਾ ਉੱਥੇ ਕਿ ਜਾਂ ਇਕੱਠ ਵਿਖਾਉਣਾ ਸਰਕਾਰ ਨੂੰ ਚਿਤਾਉਣਾ ਔਰ ਆਪਣੇ ਸ਼ਕਤੀ ਪ੍ਰਦਰਸ਼ਨ ਦੇ ਨਾਲ ਜੋ ਤੀਸਰਾ ਬਦਲ ਹੈ ਉਹਨੂੰ ਦਾਅਵੇ ਪੱਕੇ ਕਰਨੇ ਨੇ ਇਹਨੂੰ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਜੋ ਮਰਜ਼ੀ ਕਹਿ ਸਕਦੇ ਹੋ ਆਵਾਜ਼ੇ ਖਲਕ ਨਗਾੜਾ ਹੈ ਖੁਦਾ ਜਿੱਥੇ ਖਲਕ ਇਕੱਠਾ ਹੋ ਜਾਂਦਾ ਨਾ ਅਤੇ ਫਿਰ ਉਹ ਗੁਰੂ ਦੀ ਆਵਾਜ਼ ਬਣ ਜਾਂਦਾ ਜੀ ਅਤੇ ਜਿੱਥੇ ਤੁਸੀਂ ਭਗਵਾਨ ਦੀ ਆਵਾਜ਼ ਬਣ ਜਿੱਥੇ ਮੈਂ ਸਾਹਿਬ ਬਾਕੀ ਲੀਡਰਾਂ ਦੀ ਗੱਲ ਕੀਤੀ ਤਾਂ ਬਰਗਾੜੀ ਦੀ ਗੱਲ ਕਰਾਂ ਤਾਂ ਬਰਗਾੜੀ ਮੋਰਚੇ ਤੋਂ ਸ਼ੁਰੂਆਤ ਹੋ ਸਕਦੀ ਜਾਣੀ ਕਿ ਬਰਗਾੜੀ ਮੋਰਚੇ 'ਚ ਬੈਠੇ ਜਿਹੜੇ ਸਿੰਘ ਸਾਹਿਬਾਨ ਨੇ ਕਿ ਉਹਨਾਂ ਦੀ ਵੀ ਰਹਿਨਮਾਈ ਤੁਹਾਨੂੰ ਮਿਲੇਗੀ ਕਿ ਉਹਨਾਂ ਦੀ ਸਪੋਰਟ ਲਓਗੇ ਕਿ ਜਾਂ ਉਹਨਾਂ ਨੂੰ ਸਿਰਫ ਰਾਜਨੀਤਿਕ ਫਾਇਦੇ ਵਾਸਤੇ ਵਰਤ ਰਹੇ ਨਹੀਂ ਅਸੀਂ ਕਦੇ ਉਹਨਾਂ ਨੂੰ ਨਾ ਅਸੀਂ ਆਪਣੇ ਰਾਜਨੀਤਿਕ ਫਾਇਦੇ ਵਾਸਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਲਈ ਰਾਜਨੀਤੀ ਕਰੇਗਾ ਨਾ ਉਹ ਦੋਜਕ ਦਾ ਭਾਗੀਦਾਰ ਹੋਏਗਾ ਉਹ ਸਤਿਕਾਰਯੋਗ ਸੱਜਣ ਜਿਨ੍ਹਾਂ ਦਾ ਬਹੁਤ ਵੱਡਾ ਇੱਕ ਸੈਕਰੀਫਾਈਜ਼ ਆ ਮੇਰਾ ਖਿਆਲ 250 ਦਿਨ ਹੋ ਗਏ ਉਹਨਾਂ ਨੂੰ 180 ਦੇ ਕਰੀਬ ਦਿਨ ਹੋ ਗਏ ਅਤੇ ਉਹਨਾਂ ਦਾ ਧਾਰਮਿਕ ਰਸਤਾ ਜਿਹੜੇ ਰਸਤੇ 'ਤੇ ਉਹ ਤੁਰੇ ਆ ਅਸੀਂ ਉਸ ਇਨਸਾਫ ਮੋਰਚਾ ਲੱਗਿਆ ਅਤੇ ਇਹ ਇਨਸਾਫ ਮਾਰਚ ਹੈ ਉਸ ਮੋਰਚੇ ਨੂੰ ਸ਼ਕਤੀ ਦੇਣ ਵਾਸਤੇ ਆ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਵਾਸਤੇ ਸਜ਼ਾਵਾਂ ਦਿਵਾਉਣ ਵਾਸਤੇ ਇਹ ਜੋ ਸਮਾਂ ਕੋਈ ਤੈਅ ਹੋਏਗਾ ਸੀਮਾ ਤੈਅ ਹੋਏਗੀ ਕੋਈ ਦਿਸ਼ਾ ਔਰ ਦਸ਼ਾ ਤੈਅ ਹੋਏਗੀ ਉਸ ਦਿਨ ਕਿ ਜਾਂ ਫਿਰ ਉਸੇ ਤਰੀਕੇ ਦੇ ਨਾਲ ਫਿਰ ਅਗਲਾ ਜਿਹੜਾ ਐਲਾਨ ਕਰ ਦਿੱਤਾ ਜਾਏਗਾ ਕਿ ਹੁਣ ਅਗਲੀ ਰੈਲੀ ਜਿਹੜੀ ਇੰਨੀ ਤੈਅ ਹੋਏਗੀ ਦਸ਼ਾ ਵੀ ਤੈਅ ਹੋਏਗੀ ਫਿਕਰ ਨਾ ਕਰੋ ਤੁਸੀਂ 16 ਤਰੀਕ ਆ ਲੈਣ ਦੇ ਜੀ ਬੈਂਸ ਸਾਹਿਬ ਬਿਲਕੁਲ ਦੋ ਸਵਾਲ ਸਿਰਫ ਹੋਰ ਨੇ ਤੁਸੀਂ ਉਹਨਾਂ ਦਾ ਜਵਾਬ ਦੇ ਕੇ ਫਿਰ ਅਸੀਂ ਵੀ ਤੁਹਾਨੂੰ ਇਜਾਜ਼ਤ ਦੇ ਦਿੰਦੇ ਹਾਂ ਬੈਂਸ ਸਾਹਿਬ ਗੱਲ ਕਰੀਏ ਆਪਾਂ ਜੋ ਇਸ ਵੇਲੇ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਦੀ ਉਹ ਪਾਕਿਸਤਾਨ ਜਾਂਦੇ ਨੇ ਪਾਕਿਸਤਾਨ ਇੱਕ ਜੱਫੀ ਪਾ ਕੇ ਆਉਂਦੇ ਨੇ ਅਤੇ 3 ਮਹੀਨੇ ਬਾਅਦ ਉਸ ਜੱਫੀ ਦਾ ਰਿਜ਼ਲਟ
ਆ ਜਾਂਦਾ ਹੈ, ਪਾਕਿਸਤਾਨ ਤੋਂ ਸਾਨੂੰ ਕਰਤਾਰਪੁਰ ਸਾਹਿਬ ਦਾ ਰਸਤਾ ਮਿਲ ਜਾਂਦਾ ਹੈ, ਜਿੱਥੇ ਪੂਰਾ ਆਵਾਮ ਚਾਹੇ ਪਾਕਿਸਤਾਨ ਦਾ ਚਾਹੇ ਹਿੰਦੁਸਤਾਨ ਦਾ ਸਿੱਧੂ ਨੂੰ ਪਲਕਾਂ 'ਤੇ ਬਿਠਾ ਰਿਹਾ, ਉੱਥੇ ਹੀ ਅਕਾਲੀ ਦਲ ਵਾਲੇ, ਬੀਜੇਪੀ ਵਾਲੇ ਔਰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ 'ਤੇ ਬੜੇ ਤਿੱਖੇ ਨਿਸ਼ਾਨੇ ਲਾ ਰਹੇ ਨੇ। ਕਿਉਂ? ਉਹ ਇਸ ਕਰਕੇ ਆ, ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸੀ ਅਤੇ ਉਹ ਪਾਕਿਸਤਾਨ ਗਏ ਸੀ, ਉਹ ਆਪਣੀ ਪਾਕਿਸਤਾਨ ਫੇਰੀ ਦੌਰਾਨ ਉੱਥੋਂ ਦੁੰਬੇ ਲਏ ਭੇਡੂ, ਫਿਰ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ, ਉਹ ਗਏ ਪਾਕਿਸਤਾਨ ਦੇ ਵਿੱਚ ਅਤੇ ਉਹ ਇੱਕ ਪਾਕਿਸਤਾਨ ਦੀ ਔਰਤ ਰੂਸ ਆਲਮ ਲਏ, ਅਤੇ ਜੇ ਸਿੱਧੂ ਗਿਆ ਤਾਂ ਸਿੱਧੂ ਬਾਬੇ ਨਾਨਕ ਦੇ ਪਵਿੱਤਰ ਘਰ ਦਾ ਰਸਤਾ ਮੰਗਣ ਵਾਸਤੇ। ਮੈਂ ਧੰਨਵਾਦ ਕਰਦਾ ਸੁਰਗਵਾਸੀ ਸਰਦਾਰ ਕੁਲਦੀਪ ਸਿੰਘ ਬਡਾਲਾ ਹੁਣਾਂ ਦਾ, ਜਿਹੜੇ 208 ਵਾਰ ਹਰ ਮੱਸਿਆ ਦੇ ਉੱਤੇ 208 ਵਾਰ ਸੰਗਤ ਨੂੰ ਨਾਲ ਲੈ ਕੇ ਅਰਦਾਸ ਬੇਨਤੀਆਂ ਕਰਦੇ ਰਹੇ। ਮੈਂ ਗੁਰੂ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ, ਕਿਸੇ ਜ਼ਰੀਏ ਹੋ ਗਿਆ, ਬਹੁਤ ਧੰਨਵਾਦ। ਪਰ ਉਹ ਲੋਕ ਕੁੱਕੜ ਖੇਡ ਆਈ ਅਤੇ ਆਪਣੇ ਸਿਰ 'ਚ ਪਾਈ, ਆ ਸਟੇਜ ਲੱਗੀ ਸੀ ਨਾ ਅੰਮ੍ਰਿਤਸਰ ਦੇ ਵਿੱਚ ਉਦਘਾਟਨੀ ਸਮਾਰੋਹ ਵੇਲੇ, ਕਾਂਗਰਸ ਅਤੇ ਅਕਾਲੀਆਂ ਨੇ ਕੈਸਾ ਜਲੂਸ ਕੱਢਿਆ ਉੱਥੇ, ਕ੍ਰੈਡਿਟ ਬਾਰ, ਸ਼ਰਮ ਆਉਣੀ ਚਾਹੀਦੀ ਹੈ। ਇੱਕ ਐਡੇ ਮਹਾਨ ਪਵਿੱਤਰ ਕਾਜ ਵਾਸਤੇ ਵੀ ਤੁਸੀਂ ਰਾਜਨੀਤੀ ਕਰਦੇ ਹੋ, ਐਡੂ ਵੱਡੀ ਕੋਈ ਗਿਰਾਵਟ ਹੋ ਸਕਦੀ ਹੈ ਤੁਹਾਡੇ ਅੰਦਰ? ਹੋਰ ਮੁੱਦੇ ਹੈ ਨਹੀਂ ਰਾਜਨੀਤੀ ਕਰਨ ਵਾਸਤੇ, ਤੁਸੀਂ ਇਸ ਮੁੱਦੇ ਨੂੰ ਤਾਂ ਕਮ ਸੇ ਕਮ ਸਪੇਅਰ ਕਰਦੇ ਹੋ। ਸੋ ਜਿ ਸਿੱਧੂ ਦੇ ਉੱਪਰ ਜੋ ਇਲਜ਼ਾਮ ਲੱਗ ਰਹੇ ਸੀ ਗੱਦਾਰੀ ਦੇ, ਦੇਸ਼ ਧਰੋਹੀ ਦੇ, ਜੋ ਇਲਜ਼ਾਮ ਲਗਾਉਣ ਵਾਲੇ ਸੀ, ਅਤੇ ਅੱਜ ਉਹੀ ਉਸੇ ਪਾਕਿਸਤਾਨ 'ਚ ਜਾ ਕੇ ਪ੍ਰੋਗਰਾਮ 'ਚ ਸ਼ਾਮਿਲ ਹੋਏ, ਕੀ ਕਹਿਣਾ ਚਾਹੋ? ਸੋ ਡਬਲ ਸਟੈਂਡਰਡ ਹੈਗਾ, ਚਾਹੇ ਉਹ ਬਾਦਲ ਆ ਚਾਹੇ ਉਹ ਕੈਪਟਨ ਆ, ਇਹ ਦੋ ਮੁਹੀਏ ਹੈਗੇ, ਦੋ ਮੁਹੀਏ ਲੋਕ ਨੇ, ਇਹ ਆਪਣੀ ਸਹੂਲਤ ਅਨੁਸਾਰ ਆਪਣੇ ਹਿੱਤ ਅਨੁਸਾਰ ਕੋਈ ਵੀ ਗੱਲ ਕਿਤੇ ਵੀ ਕਹਿ ਸਕਦੇ। ਅੱਜ ਉਹੀ ਬਾਦਲ ਮੁੱਦਾਹੀਣ ਹੋ ਗਏ, ਲਾਸ਼ਾਂ ਦੇ ਢੇਰਾਂ 'ਤੇ ਖੜ੍ਹ ਕੇ ਰਾਜਨੀਤੀ ਕਰਦੇ ਆ, ਚਾਹੇ ਉਹ ਰੇਲ ਕਾਂਡ ਹੋਵੇ, ਦੁਰਘਟਨਾ ਹੋਈ ਦੁਸਹਿਰੇ ਵਾਲੇ ਦਿਨ, ਅਤੇ ਚਾਹੇ ਉਹ ਅੰਮ੍ਰਿਤਸਰ ਬੰਬ ਕਾਂਡ ਹੋਵੇ ਜਿਹੜਾ ਸਰਕਾਰ ਦੀਆਂ ਏਜੰਸੀਆਂ ਨੇ ਸਰਕਾਰ ਦੇ ਇਸ਼ਾਰਿਆਂ 'ਤੇ ਕੀਤਾ, ਕਿਸੇ ਖੜਕੂ ਜਥੇਬੰਦੀ ਦਾ ਨਹੀਂ, ਕੌਣ ਕਰਕੇ ਗਿਆ, ਫੁਟੇਜ ਸਾਹਮਣੇ ਆ ਗਈ ਅਤੇ ਫੜ ਕੌਣ ਲਿਆ, ਸਾਰੀ ਗੱਲ ਆ ਗਈ ਨਾ ਸਾਹਮਣੇ। ਪੰਜਾਬ ਦੇ ਅੰਦਰ ਸ਼ਹਿਰੀ ਵਪਾਰੀ ਅਤੇ ਹਿੰਦੂ ਨੂੰ ਡਰਾਉਣ ਵਾਸਤੇ ਇਹ ਗਿਰਗਿਟ ਵਾਂਗੂ ਰੰਗ ਬਦਲੀ ਕਰ। ਸਰ, ਜੋ ਇਸ ਵੇਲੇ ਨਵਜੋਤ ਸਿੰਘ ਸਿੱਧੂ ਹੈ, ਮੈਂ ਸਿੱਧੂ ਦੀ ਸਪੋਰਟ ਨਹੀਂ ਕਰਦਾ, ਮੈਂ ਇਮਾਨਦਾਰੀ ਦੀ ਸਪੋਰਟ ਕਰਦਾ, ਮੈਂ ਦੇਸ਼ ਭਗਤੀ ਦੀ ਸਪੋਰਟ ਕਰਦਾ, ਮੈਂ ਸੰਗਤ ਦੇ ਸੇਵਾ ਦੇ ਕਾਜ ਦੀ ਸਪੋਰਟ ਕਰਦਾ, ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ। ਸੋ ਭਾਈ ਸਾਹਿਬ, ਜੋ ਆਮ ਆਦਮੀ ਪਾਰਟੀ ਹੈ ਉਹ ਆਰੋਪ ਜੋ ਤੁਹਾਡੇ ਉੱਪਰ ਇੱਕ ਬੜਾ ਜ਼ਬਰਦਸਤ ਲਗਾ ਰਹੀ ਹੈ ਕਿ ਇਹਨਾਂ ਨੇ ਸਾਡੀ ਪਾਰਟੀ ਨੂੰ ਆਪ ਤੋਂ ਨਹੀਂ ਜਾਂਦਾ ਫਿੱਟੇ ਮੂੰਹ ਗੋਡਿਆਂ ਦਾ, ਹੁਣ ਬੈਂਸ ਕਰਕੇ ਧਰਮਵੀਰ ਗਾਂਧੀ ਤਾਂ ਨਹੀਂ ਸੀ ਗਿਆ, ਬੈਂਸ ਕਰਕੇ ਹਰਿੰਦਰ ਖਾਲਸਾ ਨਹੀਂ ਸੀ ਗਏ, ਬੈਂਸ ਕਰਕੇ ਛੋਟੇਪੁਰ ਨਹੀਂ ਸੀ ਗਿਆ, ਘੁੱਗੀ ਨਹੀਂ ਸੀ ਗਿਆ, ਬੈਂਸ ਕਰਕੇ ਦਿੱਲੀ ਦੇ ਕਿੱਡੇ ਕਦਾਵਰ ਲੀਡਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਚਲੇ ਗਏ, ਹੁਣ ਉਹ ਬੈਂਸ 'ਤੇ ਐਵੇਂ ਖਾਮ ਖਾਈ ਦੋਸ਼ ਲਾਈ ਜਾਣ 'ਤੇ ਉਹਨਾਂ ਦੀ ਮਰਜ਼ੀ। ਪਾਰਟੀ ਦਾ ਨਾਂ ਲੋਕ ਇਨਸਾਫ ਪਾਰਟੀ ਰਹੇਗਾ ਕਿ ਕੁਝ ਹੋਰ ਹੋਏ? ਬਿਲਕੁਲ ਲੋਕ ਇਨਸਾਫ ਪਾਰਟੀ ਜ਼ਿੰਦਾਬਾਦ। ਜ਼ਿੰਦਾਬਾਦ ਜੀ। ਇਹ ਸਨ ਬੈਂਸ ਸਾਹਿਬ, ਇਹ ਸਨ ਸਾਡੇ ਨਾਲ, ਇਹ ਸਨ ਸਾਡੇ ਨਾਲ ਸਿਮਰਜੀਤ ਸਿੰਘ ਬੈਂਸ, ਜਿਨ੍ਹਾਂ ਦਾ ਕਹਿਣਾ ਹੈਗਾ ਕਿ ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ਨੇ ਇਹ ਗੱਲ ਬੜੀ ਕਲੀਅਰ ਕਰ ਦਿੱਤੀ ਹੈ ਕਿ ਆਵਾਜ਼ੇ ਖਲਕ ਨਗਾਰੇ ਖੁਦਾ, ਜੋ 8 ਦਸੰਬਰ ਨੂੰ ਜੋ ਤਲਵੰਡੀ ਸਾਬੋ ਤੋਂ ਇੱਕ ਰੈਲੀ ਜਿਹੜੀ ਹੈ ਉਹ ਕੱਢੀ ਜਾ ਰਹੀ ਹੈ, ਸ਼ਕਤੀ ਪ੍ਰਦਰਸ਼ਨ ਹੀ ਹੋਏਗਾ ਇੱਕ ਕਿਸਮ ਦਾ, ਔਰ ਜੋ ਜਨਤਾ ਦਾ ਫੈਸਲਾ ਹੋਏਗਾ ਉਹੀ ਫੈਸਲਾ ਜਿਹੜਾ ਸਿਮਰਜੀਤ ਸਿੰਘ ਬੈਂਸ ਜਿਹੜੇ ਨੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਉਹਨਾਂ ਦਾ ਹੋਏਗਾ, ਔਰ ਉਹਨਾਂ ਦੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪੰਜਾਬ ਹਿਤੈਸ਼ੀ ਜੋ ਵੀ ਪਾਰਟੀ ਦਾ ਕਿਸੇ ਵੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਹੋਵੇ, ਚਾਹੇ ਉਹ ਬਾਗੀ ਅਕਾਲੀ ਦਲ ਤੋਂ ਅਕਾਲੀ ਲੀਡਰ ਹੋਣ ਜਾਂ ਕਿਸੇ ਹੋਰ ਪਾਰਟੀ ਦੇ ਬਾਗੀ ਲੀਡਰ ਹੋਣ, ਉਹਨਾਂ ਦਾ ਕਹਿਣਾ ਕਿ ਜੋ ਪੰਜਾਬ ਦਾ ਭਲਾ ਚਾਹੁੰਦਾ ਉਹਨਾਂ ਦੇ ਕੋਲ ਆਪ ਜਾ ਕੇ ਉਹਨਾਂ ਦੇ ਕੋਲੋਂ ਮਦਦ ਮੰਗਣਗੇ, ਔਰ ਪੰਜਾਬ ਦੇ ਵਿੱਚ ਤੀਜਾ ਫਰੰਟ ਬਣਾ ਕੇ ਇੱਕ ਐਸੀ ਸਰਕਾਰ ਦੇਣਗੇ ਜੋ ਨਾਇਕ ਫਿਲਮ ਦੇ ਵਾਂਗ ਕੰਮ ਕਰੇ। ਸੋ ਦਿਓ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।